ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਣ ਕੇ ਬ੍ਰਿਧ ਕੇ ਬਚਨ ਕੋ ਸਤਗੁਰ ਹਿਰਦੈ ਅਨੰਦ ਇਨੋ ਸਰਾਇਓ ਤਬ ਭਇਓ ਸ੍ਰੀ ਅਰਜਨ ਕਲ ਚੰਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬਨਵਾਦ ਸਤਗੁਰੂ ਜੁਗੋ ਜੁਗ ਅਟਲ ਸਰਬ ਕਰਤ ਸਮਰੱਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਪਰਮ ਸਤਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ ਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਗੁਰੂ ਕੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਦੇ ਰਾਹੀਂ ਆਪ ਜੀ ਨੂੰ ਪ੍ਰਭੂ ਪਿਆਰ ਵਿੱਚ ਜੋੜਿਆ ਹੈ ਤਨ ਗੁਰੂ ਅਰਜਨ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਵਿੱਚੋਂ ਇਹ ਪਾਵਨ ਅਮੋਲ ਬਚਨ ਜੋ 14ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਵਿੱਚ ਅੰਕਤ ਨੇ ਜਿਸ ਅਸ਼ਟਪਦੀ ਦਾ ਸ਼ਲੋਕ ਹੈ ਕਿ ਤਜੋ ਸਿਆਣਪ ਸੁਰਜ ਨੂੰ ਸਿਮਰੋ ਹਰ ਹਰ ਰਾਈ ਏਕ ਆਸ ਹਰਮਨ ਰੱਖੋ ਨਾਨਕ ਦੁਖ ਪਰਮ ਪਹ ਜਾਏ ਮਨੁੱਖ ਜਿੰਦਗੀ ਦੇ ਅੰਦਰ ਦੋ ਤਰ੍ਹਾਂ ਦੇ ਡਰ ਦੇ ਅਧੀਨ ਜੀਉਂਦਾ ਹੈ ਇਕੋ ਚਿੰਤਾ ਹੈ ਕਿ ਮੈਨੂੰ ਰੋਟੀ ਪਾਣੀ ਕਿਵੇਂ ਮਿਲੇਗਾ ਰਿਜ਼ਕ ਕਿਵੇਂ ਮਿਲੇਗਾ ਰਿਜ਼ਕ ਲਈ ਮਿਹਨਤ ਕਰਦਾ ਹੈ ਮਿਹਨਤ ਤੋਂ ਜ਼ਿਆਦਾ ਮਿਹਨਤ ਕਰਦਾ ਹੈ ਜਦ ਇਹਦੇ ਨਾਲ ਵੀ ਉਹਦਾ ਡਰ ਨਹੀਂ ਮੁੱਕਦਾ ਫਿਰ ਉਹ ਜ਼ਿੰਦਗੀ 'ਚ ਬੇਈਮਾਨੀ ਕਰਦਾ ਹੈ ਹਿਰਾਫੇਰੀਆਂ ਕਰਦਾ ਹੈ ਅਨੇਕ ਤਰ੍ਹਾਂ ਦੇ ਯਤਨ ਕਰਦਾ ਹੈ ਚਿੰਤਾ ਉਹਦੇ ਮਨ 'ਚ ਫਿਰ ਵੀ ਬਣੀ ਰਹਿੰਦੀ ਹੈ ਦੂਜੀ ਉਹਨੂੰ ਚਿੰਤਾ ਰਹਿੰਦੀ ਹੈ ਮੌਤ ਦੀ ਕਿ ਪਤਾ ਨਹੀਂ ਕਿਹੜੇ ਵੇਲੇ ਮੌਤ ਆ ਜਾਏਗੀ ਮਨੁੱਖ ਦੀਆਂ ਇਹਨਾਂ ਕਮਜ਼ੋਰੀਆਂ ਦਾ ਲਾਭ ਉਠਾਉਂਦਿਆਂ ਦੁਨੀਆ ਦੇ ਜ਼ਿਆਦਾਤਰ ਲੋਕਾਂ ਨੇ ਮਨੁੱਖ ਨੂੰ ਇਹਨਾਂ ਦੋਵਾਂ ਗੱਲਾਂ ਕਰਕੇ ਗੁਲਾਮ ਬਣਾ ਲਿਆ ਇੱਕ ਤੇ ਡਰਾਇਆ ਜਾਂਦਾ ਹੈ ਕਿ ਜੇ ਸਾਡੀ ਗੱਲ ਨਹੀਂ ਮੰਨੋਗੇ ਤੁਹਾਡੀ ਰੋਜ਼ੀ-ਰੋਟੀ ਬੰਦ ਕਰ ਦਿੱਤੀ ਜਾਏਗੀ ਤੁਸੀਂ ਦੇਖਦੇ ਹੀ ਆ ਜਿਹੜਾ ਥੋੜਾ ਜਿਹਾ ਸਿੱਧਾ ਚੱਲਣ ਲੱਗਦਾ ਹੈ ਉਹਦੇ ਤੇ ਈਡੀ ਦੇ ਛਾਪੇ ਮਰਵਾ ਦਿਓ ਉਹਦੇ ਦੇ ਇਨਕਮ ਟੈਕਸ ਦੇ ਛਾਪੇ ਮਰਵਾ ਦਿਓ ਉਹਦੇ ਕਾਰੋਬਾਰ ਨੂੰ ਨੀਵੀਆਂ ਕਰ ਦਿਓ ਤੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਮਨ 'ਚ ਯਕੀਨ ਨਹੀਂ ਹੈ ਕਿ ਇਮਾਨਦਾਰੀ ਨਾਲ ਵੀ ਜੁਆਇਆ ਜਾ ਸਕਦਾ ਹੈ ਉਹ ਡਰਦੇ ਹੀ ਪਲੜੇ ਬਦਲੀ ਚਲੇ ਜਾਂਦੇ ਨੇ ਮਨੁੱਖ ਦੇ ਮਨ 'ਚ ਚਿੰਤਾ ਹੈ ਰਿਜ਼ਕ ਦੀ ਰੋਟੀ ਦੀ ਮੇਰਾ ਕਾਰੋਬਾਰ ਕਿਵੇਂ ਚੱਲੇਗਾ ਦੂਸਰੀ ਚਿੰਤਾ ਹੈ ਮੌਤ ਦੀ ਮਨੁੱਖ ਨੂੰ ਮੌਤ ਦੇ ਨਾਂ ਤੇ ਡਰਾਇਆ ਜਾਂਦਾ ਜੇ ਸਾਡੀ ਗੱਲ ਨਾ ਮੰਨੀ ਤੁਹਾਨੂੰ ਮਾਰ ਦਿੱਤਾ ਜਾਏਗਾ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ ਇਤਿਹਾਸ ਭਰਿਆ ਪਿਆ ਸਾਡਾ ਸ਼ਹੀਦਾਂ ਦੇ ਨਾਲ ਜਦੋਂ ਉਹਨਾਂ ਨੂੰ ਮੌਤ ਦੇ ਡਰਾਵੇ ਦਿੱਤੇਗੇ ਤੈਨੂੰ ਚਰਖੜੀ ਤੇ ਚਾੜ ਦਿੱਤਾ ਜਾਏਗਾ ਤੇਰੀ ਖੋਪੜੀ ਉਤਾਰ ਦਿੱਤੀ ਜਾਏਗੀ ਤੇਰਾ ਬੰਦ-ਬੰਦ ਕੱਢ ਦਿੱਤਾ ਜਾਏਗਾ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ ਪਰ ਜਿਨ੍ਹਾਂ ਨੇ ਗੁਰੂ ਕੇ ਇਹ ਬਚਨ ਸੁਣੇ ਸਨ ਕਿ ਮਨੁੱਖ ਦੇ ਹੱਥ ਵਿੱਚ ਕੁਝ ਨਹੀਂ ਹੈ ਜ਼ਿੰਦਗੀ ਰੱਬ ਦੀ ਦਿੱਤੀ ਜਿੰਨਾ ਚਿਰ ਜਿਉਣਾ ਚਾਹ ਦੇ ਨਾਲ ਜਿਉ। ਸਤਗੁਰੂ ਜੀ ਨੇ ਸਾਡੇ ਅੰਦਰ ਚੜ੍ਹਦੀ ਕਲਾ ਪੈਦਾ ਕਰਨ ਦੇ ਲਈ ਸਾਨੂੰ ਉੱਚੀ ਮਹਾਨ ਪੋਜ਼ਿਟਿਵ ਸੋਚ ਦੇਣ ਦੇ ਲਈ ਇਹ ਗੱਲ ਕੀ ਕਿ ਬੰਦੇ ਆ ਮਨੁੱਖ ਕੀ ਟੇਕ ਬਿਰਤੀ ਸਭ ਜਾਨ ਦੇਵਨ ਕਉ ਇੱਕ ਹੈ ਭਗਵਾਨ ਰੋਟੀ ਦੇਣ ਵਾਲਾ ਪਰਮਾਤਮਾ ਹੈ ਪਰਮਾਤਮਾ ਪੱਥਰਾਂ ਚ ਵੀ ਰਿਜਕ ਦਿੰਦਾ ਹੈ ਪਾਣੀ ਚ ਵੀ ਰਿਜਕ ਦਿੰਦਾ ਹੈ ਹਰ ਥਾਂ ਤੇ ਪਰਮਾਤਮਾ ਜੀਵਾਂ ਦੀ ਸੰਭਾਲ ਕਰਦਾ ਹੈ ਸਾਡੀ ਸੰਭਾਲ ਤੇ ਵਾਹਿਗੁਰੂ ਜੀ ਨੇ ਮਾਤਾ ਕੇ ਉਧਰ ਵਿੱਚ ਵੀ ਕੀਤੀ ਸੀ ਜਿੱਥੇ ਆਗ ਹੈ ਅੱਗ ਦੇ ਵਿੱਚ ਸਾਨੂੰ ਰਿਜਕ ਦਿੱਤਾ ਉਹਨੇ ਤੇ ਜੀਵ ਦੇ ਆਉਣ ਤੋਂ ਪਹਿਲਾਂ ਰਿਜਕ ਹੀ ਪੈਦਾ ਕੀਤਾ ਜੀਵ ਬਾਅਦ ਵਿੱਚ ਆਇਆ ਪਹਿਲੋਂ ਦਿੰਦਾ ਹੈ ਰਿਜਕ ਸੰਭਾਹ ਪਿੱਛੋਂ ਦਿੰਦਾ ਹੈ ਜੰਤ ਉਪਾਹ ਸਤਗੁਰੂ ਜੀ ਕਿੰਨੇ ਮਾਨੂ ਕੀ ਟੇਕ ਬਿਰਤੀ ਸਬਜਾਨ ਦੇਵਨ ਕਹੋ ਇਕੈ ਭਗਵਾਨ ਜਿਸ ਕਹਿ ਦਿਆ ਰਹੇ ਆਗਾਏ ਬਹੁ ਨ ਤ੍ਰਿਸ਼ਨਾ ਲਾਗੇ ਆਈ ਦੁਨੀਆ ਦੇ ਜਿੰਨੇ ਮਰਜੀ ਵੱਡੇ ਤੋਂ ਵੱਡੇ ਤਨਹਾੜ ਜਾਂ ਰਾਜੇ ਕੋਲੋਂ ਤੁਸੀਂ ਮੰਗ ਲੋ ਤੁਹਾਡੀ ਕਦੀ ਤ੍ਰਿਸ਼ਨਾ ਨਹੀਂ ਮੁਕੇਗੀ ਤੁਸੀਂ ਕਦੀ ਰਜੋਗੇ ਨਹੀਂ ਕੋਈ ਤੁਹਾਨੂੰ ਰਜਾ ਹੀ ਨਹੀਂ ਸਕਦਾ ਕੇਵਲ ਪਰਮਾਤਮਾ ਹੈ ਜਿਹਦੇ ਦਿੱਤੀਆਂ ਸੀ ਰਜਦੇ ਆ ਜਿਹਦੇ ਦਿੱਤੀਆਂ ਸਾਡੀ ਤ੍ਰਿਸ਼ਨਾ ਜਾਂ ਤ੍ਰਿਪਤੀ ਤ੍ਰਿਸ਼ਨਾ ਮਿੜਦੀ ਹੈ ਤ੍ਰਿਪਤੀ ਹੁੰਦੀ ਹੈ ਸਤਗੁਰੂ ਜੀ ਨੇ ਅਗਲੀ ਗੱਲ ਕੀ ਮਾਰਿਆ ਰੱਖੇ ਏਕੋ ਆ ਮਾਨੁ ਕੇ ਕ੍ਰਿਸ਼ਨਾ ਹੀ ਹਾਥ ਮਾਰਨ ਵਾਲਾ ਤੇ ਰੱਖਣ ਵਾਲਾ ਪ੍ਰਮਾਤਮਾ ਹੈ ਇੱਥੇ ਕੁਝ ਲੋਕ ਕਹਿਣਗੇ ਕਿ ਦੇਖੋ ਜਿਹੜੇ ਜ਼ਾਲਮ ਲੋਕ ਨੇ ਉਹ ਦੂਜਿਆਂ ਨੂੰ ਮਾਰਦੇ ਨੇ ਦੇਖੋ ਮਾਰ ਦੇਣ ਦੇ ਨਾਲ ਕੋ ਬੰਦਾ ਖਤਮ ਨਹੀਂ ਹੋ ਜਾਂਦਾ ਕਿਸੇ ਮਨੁੱਖ ਦੀ ਸੋਚ ਨੂੰ ਮਾਰਨਾ ਬੜਾ ਔਖਾ ਹੈ ਜੇ ਸੋਚ ਉੱਚੀ ਹੈ ਸਰੀਰ ਤੇ ਅੱਜ ਵੀ ਜਾਣਾ ਹੈ ਕੱਲ ਵੀ ਚਲੇ ਜਾਣਾ ਜਿਹੜੇ ਮਾਰਨ ਵਾਲੇ ਨੇ ਉਹ ਕਿਹੜੇ ਸਦਾ ਜੀਉਂਦੇ ਰਹਿੰਦੇ ਨੇ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀਆਂ ਤੇ ਮੌਤਾਂ ਹੀ ਬੜੀਆਂ ਬੁਰੀਆਂ ਹੁੰਦੀਆਂ ਨੇ ਇਸ ਕਰਕੇ ਮਰਨਾ ਹੀ ਹੈ ਆਖਰ ਕੋਈ ਨਹੀਂ ਜੇ ਕੋਈ ਮਾਰਦਾ ਹੈ ਰੱਬ ਦੀ ਰਜ਼ਾਜ ਖੜੇ ਮੱਥੇ ਪ੍ਰਵਾਨ ਕਰ ਲੈਂਦੇ ਨੇ ਉਹ ਕਿ ਮਾਰੇ ਰੱਖੇ ਇਹਨਾਂ 'ਚ ਬੈਠ ਕੇ ਪ੍ਰਮਾਤਮਾ ਹੀ ਸਾਨੂੰ ਮਾਰੇ ਰੱਬ ਦੇ ਪਿਆਰਿਆਂ ਨੇ ਤੇ ਇੱਥੋਂ ਤੱਕ ਕਹਤਾ ਕਿ ਇਹਨਾਂ ਦੇ ਵਸ ਦੀ ਗੱਲ ਕੋਈ ਨਹੀਂ ਉਹ ਮਾਰਨ ਵਾਲਿਆਂ ਵਿੱਚੋਂ ਵੀ ਰੱਬ ਨੂੰ ਹੀ ਦੇਖਦੇ ਮਾਰੇ ਰੱਖੇ ਏਕੋ ਆ ਮਾਨੂੰ ਕਹਿ ਕਿਸ਼ਨਾ ਹੀ ਹੱਥ ਸਤਗੁਰੂ ਜੀ ਨੇ ਅੱਗੇ ਜਾ ਕੇ ਗੱਲ ਕੀਤੀ ਕਿ ਬੰਦਿਆ ਉਸ ਪਰਮਾਤਮਾ ਦੇ ਤਿਸ ਦਾ ਹੁਕਮ ਬੂ ਸੁਖ ਹੋਏ ਤਿਸ ਦਾ ਨਾਮ ਰਖ કંਠ ਪਰੋਏ ਉਸ ਪਰਮਾਤਮਾ ਦੇ ਹੁਕਮ ਨੂੰ ਸਮਝ ਉਹਦੀ ਰਜ਼ਾ ਨੂੰ ਸਮਝ ਤੈਨੂੰ ਸੁਖ ਮਿਲੇਗਾ ਉਹਦੇ ਨਾਮ ਨੂੰ ਆਪਣੇ કંਠ ਦਾ ਅਰਥ ਹੁੰਦਾ ਗਲਾ ਗਲੇ ਦਾ ਅਰਥ ਹੈ ਤੇ ਹਿਰਦਾ ਜਿਵੇਂ ਗਲੇ ਦੇ ਵਿੱਚ ਅਸੀਂ ਕੋਈ ਹਾਰ ਜਾਂ ਗਾਨੀ ਆਦਕ ਨਹੀਂ ਪਾਈ ਰੱਖਦੇ ਗਲੇ ਨਾਲ ਲੱਗੀ ਰਹਿੰਦੀ ਹੈ ਇਵੇਂ ਆਪਣੇ ਹਿਰਦੇ 'ਚ ਪਰਮਾਤਮਾ ਦੇ ਨਾਮ ਨੂੰ ਇਵੇਂ ਧਾਰਨ ਕਰ ਲਓ ਤੁਹਾਡੇ ਹਿਰਦੇ 'ਚ ਉਹ ਵਸਿਆ ਰਹੇ કંਠ ਪਰੋਏ ਆਪਣੇ ਹਿਰਦੇ 'ਚ ਧਾਰਨ ਕਰ ਲਓ ਸਿਮਰ 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 ਪ੍ਰਭ ਸੋਏ ਨਾਨਕ ਵਿਗਨਾ ਲਾਗੇ ਕੋਈ ਸਤਗੁਰੂ ਜੀ ਕਹਿੰਦੇ ਭਾਈ ਜ਼ਿੰਦਗੀ ਚ ਇੱਕ ਪ੍ਰਮਾਤਮਾ ਦੇ ਹੁਕਮ ਨੂੰ ਸਮਝੋ ਉਹਦੇ ਨਾਮ ਨਾਲ ਜੁੜੋ ਉਹਨੂੰ ਸਿਮਰਦੇ ਰਹੋਗੇ ਕੋਈ ਵਿਗਨ ਨਹੀਂ ਵਿਆਪੇਗਾ ਕੋਈ ਵਿਗਨ ਤੁਹਾਨੂੰ ਦੁਖਾਏਗਾ ਨਹੀਂ ਵਿਗਨ ਨਹੀਂ ਵਿਆਪੇ ਦਾ ਅਰਥ ਇਹ ਹੈ ਸਮੁੰਦਰ ਵਿੱਚ ਲਹਿਰਾਂ ਤੇ ਉੱਠਣੀਆਂ ਹੀ ਨੇ ਤੂਫਾਨ ਤਾਂ ਆਉਣੇ ਨੇ ਘੁੰਮਣ ਘੇਰੀਆਂ ਤੇ ਆਉਣੀਆਂ ਹੀ ਨੇ ਪਰ ਇਸ ਸਮੁੰਦਰ ਦੇ ਜਿਵੇਂ ਮੁਰਗਾਬੀ ਹੁੰਦੀ ਨੇ ਉਹ ਵੀ ਘੁੰਮਣ ਘੇਰੀਆਂ ਚ ਹੀ ਰਹਿੰਦੀ ਹੈ ਉਹ ਵੀ ਪਾਣੀ 'ਚ ਹੀ ਰਹਿੰਦੀ ਐ ਲੇਕਿਨ ਪਾਣੀ ਉਹਨੂੰ ਭਿਉ ਨਹੀਂ ਸਕਦਾ ਪਾਣੀ ਉਹਦੇ ਤੇ ਆਪਣਾ ਅਸਰ ਨਹੀਂ ਪਾ ਸਕਦਾ ਪਾਣੀ ਉਹਨੂੰ ਡੋਬ ਨਹੀਂ ਸਕਦਾ ਇਸੇ ਤਰ੍ਹਾਂ ਸੀ ਜ਼ਿੰਦਗੀ 'ਚ ਰਵਾਂਗੇ ਉਤਰਾ ਚੜਾਤੇ ਆਉਣ ਹੀ ਨੇ ਲੈਰਾਂ ਉੱਠਣੀਆਂ ਨੇ ਮੁਸੀਬਤਾਂ ਆਉਣੀਆਂ ਨੇ ਪਰ ਕੋਈ ਮੁਸੀਬਤ ਤੁਹਾਡੇ ਹੌਂਸਲੇ ਨੂੰ ਪਸਤ ਨਹੀਂ ਕਰ ਸਕੇਗੀ ਕੋਈ ਮੁਸੀਬਤ ਤੁਹਾਨੂੰ ਡੋਬ ਨਹੀਂ ਸਕੇਗੀ ਨੀਵੀਆਂ ਨਹੀਂ ਕਰ ਸਕੀ ਪਰ ਕਦੋਂ ਜਦੋਂ ਉਹਦੇ ਹੁਕਮ ਨੂੰ ਸਮਝ ਲਵਾਂਗੇ ਜਦੋਂ ਉਹਦੇ ਨਾਮ ਨੂੰ ਆਪਣੇ ਹਿਰਦੇ 'ਚ ਪ੍ਰੋਹ ਲਵਾਂਗੇ ਇਸ ਕਰਕੇ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਪਿਆਰ ਜੜੋ ਕੋਈ ਵਿਗਨ ਤੁਹਾਨੂੰ ਵਿਆਪੇਗਾ ਨਹੀਂ ਵਿਆਪੇ ਦਾ ਅਰਥ ਹੈ ਜਿਵੇਂ ਕੋਈ ਮਨੁੱਖ ਬੋਲਟ ਪ੍ਰੋਜੈਕਟ ਪਾ ਲੈਣਾ ਗੋਲੀ ਵੱਜਦੀ ਹੈ ਲੇਕਿਨ ਉਹਦੋਂ ਲੱਗਦੀ ਨਹੀਂ ਹੈ ਗੋਲੀ ਚੱਲੀ ਉਹਦੇ ਕੋਲ ਆਈ ਪਰ ਉਹਨੇ ਉਹਦੇ ਤੇ ਅਸਰ ਨਾ ਪਾਇਆ ਨਿਰਅਸਰ ਹੋ ਗਈ ਜਿਵੇਂ ਇਹ ਦੁਨੀਆ ਦੇ ਵਿਗਨ ਜਿਹੜੇ ਨੇ ਵਿਆਪਦੇ ਨੇ ਪਰ ਮਨੁੱਖ ਦੇ ਕੋਲ ਆ ਕੇ ਨੇ ਅਸਰ ਹੋ ਜਾਂਦੇ ਨੇ ਸਤਗੁਰੂ ਜੀ ਨੇ ਸਾਨੂੰ ਸਿਆਣਪਾਂ ਚਤਰਾਇਆਂ ਤੋਂ ਉੱਚੇ ਉੱਠ ਕੇ ਤਜੋ ਸਿਆਣਪ ਸੁਰਜਨੋਂ ਸਿਮਰੋ ਹਰ ਹਰ ਰਾਇ ਏਕਾ ਸਰਮਨ ਰੱਖੋ ਨਾਨਕ ਦੂਖ ਭਰਮ ਪਹੋ ਜਾਏ ਕੇਵਲ ਇੱਕ ਪ੍ਰਮਾਤਮਾ ਦੀ ਆਸ ਰੱਖੋ ਗੁਰੂ ਕੀ ਹਜ਼ੂਰੀ ਚਾਉਣ ਦਾ ਗੁਰਬਾਣੀ ਪੜਨ ਸੁਣਨ ਜਾਂ ਕੀਰਤਨ ਸੁਣਨ ਦਾ ਅਰਥ ਇਹ ਹੈ ਕਿ ਸਾਡੇ ਅੰਦਰ ਉਸ ਪ੍ਰਮਾਤਮਾ ਦਾ ਭਰੋਸਾ ਪੈਦਾ ਹੋ ਜਾਏ ਪ੍ਰਮਾਤਮਾ ਦੀ ਟੀਕ ਪੈਦਾ ਹੋ ਜਾਏ ਜਦੋਂ ਅਸੀਂ ਪ੍ਰਮਾਤਮਾ ਦੇ ਭਰੋਸੇ 'ਤੇ ਰਵਾਂਗੇ ਸਤਿਗੁਰੂ ਸਾਹਿਬ ਜੀ ਕਹਿੰਦੇ ਜ਼ਿੰਦਗੀ ਦੇ ਅੰਦਰ ਸਾਰੀਆਂ ਕਾਮਯਾਬੀਆਂ ਤੇ ਸੁੱਖ ਸਾਨੂੰ ਮਿਲਣਗੇ ਜਿੱਥੇ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਹਰ ਰੋਜ਼ ਆਪ ਜੀ ਕਥਾ ਵਾਰਤਾ শ্রবণ ਕਰਦੇ ਹੋ ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਅੰਦਰ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਕੇ ਇਤਿਹਾਸ ਨੂੰ ਕਵਿਤਾ ਰੂਪ ਵਿੱਚ ਅੰਕਿਤ ਕੀਤਾ ਹੈ ਉਹਦੇ ਚੋਂ ਵਾਰਤਾ ਚੱਲ ਰਹੀ ਹੈ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਹੜੇ ਗੁਰੂ ਕੇ ਹੁਕਮ ਨੂੰ ਮੰਨ ਕੇ ਲਾਹੌਰ ਗਏ ਸਨ ਅਜੇ ਗੁਰਤਾ ਗੱਦੀ ਤੇ ਨਹੀਂ ਬੈਠੇ ਸਤਗੁਰ ਜੀ ਨੇ ਉਹਨਾਂ ਨੂੰ ਬੁਲਾਇਆ ਲਾਹੌਰ ਤੋਂ ਉਹਨਾਂ ਦਾ ਪਿਆਰ ਉਹਨਾਂ ਦੀ ਸਰਦਾ ਉਹਨਾਂ ਦੀ ਭਾਵਨਾ ਦੇਖ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਮਨ ਚ ਸੋਚਿਆ ਕਿ ਇਹ ਗੁਰਤਾ ਦੇ ਲਾਇਕ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਰਹਿ ਪੁੱਛੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੇ ਜਦੋਂ ਇਹ ਪ੍ਰਮਾਨਗੀ ਦੇ ਦਿੱਤੀ ਸਤਗੁਰ ਸੱਚੇ ਪਾਤਸ਼ਾਹ ਜੀ ਜਿਵੇਂ ਉਹਨਾਂ ਨੂੰ ਗੁਰਿਆਈ ਦੀ ਦਾਤ ਬਖਸ਼ਣਗੇ ਇਹ ਵਰਤ ਅੱਜ ਆਪਾਂ ਨੇ ਸ਼੍ਰਵਣ ਕਰਨੀ ਹੈ ਆਓ ਸਤਗੁਰੂ ਜੀ ਦੇ ਪਿਆਰ ਚ ਜੁੜਦੇ ਆ ਗੁਰ ਚਰਨਾਂ ਦਾ ਧਿਆਨ ਤਰਦੇ ਆ ਮਨ ਬਿਰਤੀਆਂ ਨੂੰ ਟਿਕਾਉਂਦੇ ਹੋਏ ਸਾਰੇ ਹੀ ਮਨ ਕਰਕੇ ਮੁੱਖ ਤੋਂ ਉਚਾਰਨ ਕਰਿਏ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣ ਕੇ ਬ੍ਰਿਧ ਕੇ ਬਚਨ ਕੋ ਸਤਗੁਰ ਹਿਰਦੈ ਆਨੰਦ ਇਨੋਂ ਸਰਾਇਓ ਤਬ ਭਇਓ ਸ੍ਰੀ ਅਰਜਨ ਕੁੱਲ ਚੰਦ ਅਰਜਨ ਸਾਹਿਬ ਜੀ ਦੇ ਵਿਹਾਰ ਨੂੰ ਸੁਭਾਵ ਨੂੰ ਉਹਨਾਂ ਨੇ ਜੋ ਸ਼ਬਦ ਰਚਿਆ ਉਹਨੂੰ ਦੇਖ ਕੇ ਤੇ ਦੂਜੇ ਬਨੇ ਪ੍ਰਥੀ ਚੰਦ ਦੇ ਸੁਭਾਅ ਨੂੰ ਦੇਖ ਕੇ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਸੀ ਬੁੱਢਾ ਜੀ ਦੇਖੋ ਅਰਜਨ ਸਾਹਿਬ ਜੀ ਕਿੰਨੇ ਆਗਿਆਕਾਰੀ ਨੇ ਕਿੰਨੇ ਭਾਉ ਭਗਤੀ ਵਾਲੇ ਨੇ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਇਹਨਾਂ ਬਾਰੇ ਕੀ ਰਾਏ ਹੈ ਇਹ ਗੁਰਤਾ ਦੇ ਲਾਇਕ ਨੇ ਬਾਬਾ ਬੁੱਢਾ ਜੀ ਨੇ ਇਹ ਗੱਲ ਕਹੀ ਸੀ ਦੇਖੋ ਉਹਨਾਂ ਦੇ ਮਨ 'ਚ ਪਿਆਰ ਹੈ ਉਹ ਗੁਰੂ ਕੇ ਹੁਕਮ ਨੂੰ ਮੰਨਦੇ ਨੇ ਪ੍ਰਭੂ ਦੇ ਪਿਆਰ 'ਚ ਰਹਿਣ ਵਾਲੇ ਨੇ ਇਹਨਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ ਤੁਹਾਡੇ ਫੈਸਲਾ ਦ੍ਰਿਸ਼ਟ ਹੈ ਇਹ ਸੁਣ ਕੇ ਇਹ ਬਚਨ ਜਦੋਂ ਸਤਗੁਰੂ ਜੀ ਨੇ ਸੁਣੇ ਬੜੇ ਆਨੰਦ 'ਚ ਆਏ ਆਨੰਦਿਤ ਹੋਏ ਤੇ ਨਾਲ ਇਹ ਵੀ ਗੱਲ ਕਹਿਤੀ ਕਿ ਬਾਬਾ ਬੁੱਢਾ ਜੀ ਵੀ ਇਨਾਂ ਦੀ ਵਡਿਆਈ ਕਰ ਰਹੇ ਨੇ ਇਹਨਾਂ ਨੂੰ ਸਲਾਹ ਰਹੇ ਹਨ ਵਰਤੀ ਨੋ ਬਹੁਤ ਗੁਰਿਆਈ ਸਾਰ ਅਸਾਰ ਪਰਖ ਨਾ ਪਾਈ ਬੁੱਢਾ ਸਾਹਿਬ ਜੀ ਗੁਰੂ ਘਰ ਚ ਬਹੁਤ ਚਿਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਮੇਂ ਤੱਕ ਸਰਬੱਤ ਗੁਰੂ ਸਾਹਿਬ ਜੀ ਦਾ ਟਾਈਮ ਉਹਨਾਂ ਨੇ ਦੇਖਿਆ ਹੈ ਭਾਈ ਇਸ ਕਰਕੇ ਇਹਨਾਂ ਦੇ ਕੋਲ ਤਤ ਨੂੰ ਪਰਖਣ ਦੀ ਸੂਝ-ਬੂਝ ਹੈ ਚੰਗੇ ਮਾੜੇ ਦਾ ਗਿਆਨ ਇਨਾਂ ਕੋਲ ਹੈਗਾ ਹੈ ਮੁੱਖੇ ਜੋਹਰੀ ਜਬੇ ਜਵਾਹਰ ਪਰਖੇ ਤਬ ਹੋਵੇ ਜਗ ਜ਼ਾਹਰ ਜੋਹਰੀ ਜੋ ਹੁੰਦੇ ਨਾ ਜੋਰੀ ਉਹਨੂੰ ਪੱਥਰਾਂ ਦੀ ਪਰਖ ਹੁੰਦੀ ਹੈ ਆਮ ਬੰਦਾ ਪੱਥਰਾਂ ਦੀ ਪਰਖ ਨਹੀਂ ਕਰ ਸਕਦਾ ਜੀ ਤੇ ਹਰ ਚੀਜ਼ ਨੂੰ ਪੱਥਰੀ ਸਮਝੀ ਬੈਠਾਂਗੇ ਗੌਰੀ ਨੂੰ ਪਤਾ ਹੈ ਕਿ ਇਹ ਪੱਥਰ ਹੀਰਾ ਹੈ ਪੰਨਾ ਹੈ ਰਤਨ ਹੈ ਲਾਲ ਹੈ ਜਵਾਹਰ ਹੈ ਜਾਂ ਇਹਦੀ ਕੀ ਕੀਮਤ ਹੈ ਇਹ ਕਿੰਨਾ ਕੁ ਸ਼ੁੱਧ ਹੈ ਤੇ ਜੋਹਰੀ ਦੀ ਪਰਖੂ ਆਖੀ ਦੱਸਦੀ ਹੈ ਗੁਰੂ ਰਾਮਦਾਸ ਜੀ ਕਹਿੰਦੇ ਕਿ ਬਾਬਾ ਬੁੱਢਾ ਜੀ ਜੋਰੀ ਨੇ ਦਰਸਲ ਇਹ ਪਰਖ ਸਕਦੇ ਨੇ ਇਹਨਾਂ ਕੋਲ ਉਹ ਦ੍ਰਿਸ਼ਟੀ ਹੈਗੀ ਹੈ ਇਹਨਾਂ ਨੇ ਜਾਣ ਲਿਆ ਹੈ ਚੰਗੇ ਤਰੀਕੇ ਨਾਲ ਸ੍ਰੀ ਫਲ ਪੈਸੇ ਪੰਚ ਮਗਾਏ ਜਹ ਕਹਤੇ ਸਿਖ ਸਰਬ ਬੁਲਾਏ ਗੁਰੂ ਰਾਮਦਾਸ ਜੀ ਨੇ ਸਾਰੀਆਂ ਸੰਗਤਾਂ ਨੂੰ ਬੁਲਾ ਰਿਹਾ ਦੀਵਾਨ ਸਜਿਆ ਹੋਇਆ ਸੀ ਨਾਲ ਕਹਤੇ ਇੱਕ ਨਾਰੀਏਲ ਔਰ ਇਸ ਤਰੀਕ ਨਾਲ ਜੋ ਵੀ ਗੁਰਗੱਦੀ ਦੇਣ ਵੇਲੇ ਮਰਜ਼ਾਦਾ ਕਰਦੇ ਸਨ ਉਹ ਕਰਨ ਦੀ ਸਤਗੁਰੂ ਜੀ ਨੇ ਹੁਕਮ ਕਰ ਦਿੱਤਾ ਹੈ ਸਭ ਸੰਗਤ ਕੋ ਮੇਲਾ ਭਇਓ ਚੌ ਦਿਸ ਪਰਵਰਤ ਹੋਏ ਗਿਓ ਸਾਰੀ ਸੰਗਤ ਇਕੱਠੀ ਹੋ ਗਈ ਪਰਿਵਾਰਤ ਦਾ ਅਰਥ ਇਹ ਹੈ ਪਾ ਲੈਣਾ ਸਾਰੀ ਸੰਗਤ ਸਤਗੁਰੂ ਜੀ ਦੇ ਆਲੇ ਦੁਆਲੇ ਆ ਕੇ ਬੈਠ ਗਈ ਹੈ ਸਰਬ ਨਿਹਾਰਤ ਕਹਾ ਕਰਹੇਗੇ ਵਡਸਤ ਸੋਇ ਉਰ ਕ੍ਰੋਧ ਤਰਹੇਗੇ ਸਾਰੇ ਦੇਖ ਰਹੇ ਕਿ ਅੱਜ ਗੁਰੂ ਸਾਹਿਬ ਜੀ ਕੀ ਕਰਨ ਲੱਗੇ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਪ੍ਰਥੀ ਸੰ ਬੜੇ ਗੁੱਸੇ ਵਿੱਚ ਹੈ ਬੜੇ ਕਰੋਧ ਵਿੱਚ ਹੈ ਤਦ ਸ਼੍ਰੀ ਰਾਮਦਾਸ ਉੱਠ ਕਰਕੇ ਸ਼੍ਰੀ ਭਲ ਅਰ ਪੈਸੇ ਕਰ ਧਰ ਕੇ ਉਸ ਵੇਲੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਉੱਠੇ ਨੇ ਸਹਿਜ ਦੇ ਨਾਲ ਪੰਜ ਪੈਸੇ ਤੇ ਨਾਰੀਅਲ ਅਰਜਨ ਸਾਹਿਬ ਜੀ ਦੇ ਅੱਗੇ ਰੱਖ ਕੇ ਤੀਨ ਪ੍ਰਦਰਸ਼ਨ ਕੋ ਤਬ ਦੀਨ ਸ੍ਰੀ ਅਰਜਨ ਸੁਤ ਲਾਇਤ ਚੀਨ ਗੁਰੂ ਅਰਜਨ ਸਾਹਿਬ ਜਿਦੀਆਂ ਪ੍ਰਕਰਮਾਂ ਕਰ ਦਿੱਤੀਆਂ ਉਹਨਾਂ ਨੂੰ ਲਾਇਕ ਜਾਣ ਕੇ ਗੁਰਤਾ ਗੱਦੀ ਦੇ ਯੋਗ ਜਾਣ ਕੇ ਇਨ ਅਗੇ ਧਰਮ ਅਸਤਕ ਟੇਕਾਇਤ ਅਨੰਦ ਬਾਜਲ ਵਿਵੇਕਾ ਉਹਨਾਂ ਦੇ ਅੱਗੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਮਸਤਕ ਝੁਕਾ ਦਿੱਤਾ ਟੇਕ ਦਿੱਤਾ ਔਰ ਇਹ ਗੱਲ ਕਹੀ ਅਤ ਅਨੰਦ ਪਾ ਜਲ ਦ ਵਿਵੇਕਾ ਜਲ ਦਰਸਨੇ ਜਲ ਦੇ ਸਮੁੰਦਰ ਇੱਥੇ ਅਰਥ ਹੈ ਸਮੁੰਦਰ ਉਹ ਵਿਵੇਕ ਦੇ ਸਮੁੰਦਰ ਗੁਰੂ ਰਾਮਦਾਸ ਜੀ ਮਹਾਰਾਜ ਗਿਆਨ ਦੇ ਜੋ ਸਮੁੰਦਰ ਨੇ ਉਹਨਾਂ ਦੇ ਮਨ 'ਚ ਬਹੁਤ ਭਾਰੀ ਆਨੰਦ ਪੈਦਾ ਹੋਇਆ ਹੈ। ਹੁਣ ਸਤਗੁਰ ਕੀ ਆਇ ਸਪਾਏ ਬੁੱਢਾ ਉੱਠਿ ਔਰ ਦਹਿਰ ਖਾਏ। ਸਤਗੁਰ ਜੀ ਦਾ ਹੁਕਮ ਪਾ ਕੇ ਬਾਬਾ ਬੁੱਢਾ ਜੀ ਬੜੇ ਪ੍ਰਸੰਸਿਤ ਹੋ ਕੇ ਉੱਠੇ ਹਨ। ਭਰਿਓ ਬਾਗ ਸੋਬਾਲ ਜੋ ਨਿਕਾ ਨਿਜ ਕਰਦੇ ਸੁਟਕੀਨ ਸਟੀਕਾ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਇਹ ਮਰਜ਼ਾਦਾ ਚੱਲੀ ਆਈ ਹੈ। ਕਿ ਜਦੋਂ ਵੀ ਗੁਰਤਾ ਗੱਦੀ ਤੇ ਕੋ ਗੁਰੂ ਸਾਹਿਬ ਜੀ ਬੈਠਦੇ ਸਨ ਉਹ ਮਰਜ਼ਾਦਾ ਬਾਬਾ ਬੁੱਢਾ ਜੀ ਕਰਦੇ ਸਨ ਮੱਥੇ ਤੇ ਗੁਰਿਆਈ ਦਾ ਤਿਲਕ ਲਗਾਉਂਦੇ ਸਨ ਹੋਰ ਵੀ ਜੋ ਮਰਜ਼ਾਦਾ ਸੀ ਕਰਦੇ ਸਨ ਬਾਬਾ ਬੱਡਾ ਜੀ ਨੇ ਉੱਠ ਕੇ ਉਹ ਗੁਰਿਆਈ ਦਾ ਤਿਲਕ ਗੁਰੂ ਅਰਜਨ ਸਾਹਿਬ ਜੀ ਨੂੰ ਦੇ ਦਿੱਤਾ ਹੈ ਸਭ ਸੋ ਸਤ ਗੁਰ ਬਾ ਕੀ ਉਚਾਰੇ ਸੁਨੋ ਸਿੱਖ ਸਭ ਤੁਮ ਗੁਰ ਪਿਆਰੇ ਧੰਨ ਗੁਰੂ ਰਾਮਦਾਸ ਜੀ ਨੇ ਉੱਥੇ ਆਈ ਹੋਈ ਸਾਰੀ ਸੰਗਤ ਨੂੰ ਇਸ ਤਰ੍ਹਾਂ ਕਿਹਾ ਭਾਈ ਤੁਸੀਂ ਸਾਰੇ ਗੁਰੂ ਕੇ ਪਿਆਰੇ ਸਿੱਖ ਹੋ ਗੁਰੂ ਘਰ ਚ ਆਉਣ ਵਾਲੇ ਹੋ ਸ੍ਰੀ ਅਰਜਨ ਬਮ ਰੂਪ ਨਿਹਾਰੋ ਨਿਜ ਮੁਝ ਲਖੋ ਤਥਾ ਉਰ ਧਾਰੋ ਗੁਰੂ ਇਹ ਅਰਜਨ ਦੇਵ ਜੀ ਮੇਰਾ ਹੀ ਰੂਪ ਨੇ ਮੇਰੇ ਚ ਤੇ ਇਨਾਂ ਚ ਕੋਈ ਫਰਕ ਨਹੀਂ ਹੈ ਜਿਵੇਂ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਇਸੇ ਤਰੀਕੇ ਨਾਲ ਇਨਾਂ ਨਾਲ ਪਿਆਰ ਕਰਨਾ ਹੈ ਗੁਰਤਾ ਗਦੀ ਪਰ ਇਹ ਥਿਰਿਓ ਹਲਤ ਬਲਦ ਬਾਰਸੋ ਜੋ ਸਭ ਧਰਿਓ ਅੱਜ ਤੋਂ ਗੁਰਤਾ ਗੱਦੀ ਤੇ ਇਹ ਬੈਠ ਗਏ ਨੇ ਬਰਾਜਮਨ ਹੋ ਗਏ ਨੇ ਜੋ ਵੀ ਜ਼ਿੰਮੇਵਾਰੀ ਹਾਲਤ ਪਲਤ ਲੋਕ ਪਰ ਲੋਕ ਦੀ ਜ਼ਿੰਮੇਵਾਰੀ ਗੁਰਤਾ ਗੱਦੀ ਦਾ ਅਰਥ ਹੈ ਕਿ ਦੁਨੀਆ ਦੀ ਜ਼ਿੰਮੇਵਾਰੀ ਚੁੱਕ ਲੈਣੀ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨਾ ਸਮਾਜ ਨੂੰ ਸਵਾਰਨਾ ਸੁਧਾਰਨਾ ਲੋਕਾਂ ਨੂੰ ਜੀਵਨ ਦੇਣਾ ਲੋਕਾਂ ਨੂੰ ਗਿਆਨ ਦੇਣਾ ਸਾਰੇ ਲੋਕਾਂ ਦੀ ਅਗਵਾਈ ਕਰਨੀ ਇਹ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਇਹ ਅਰਜਨ ਸਾਹਿਬ ਜੀ ਦੀ ਹੈ ਅੱਜ ਤੋਂ ਸੰਗਤ ਕੋ ਦੁਖਬਾਰ ਉਤਾਰੈ ਕਾਰਜ ਅਨਕ ਜਗਤ ਮੈਂ ਸਾਰੇ ਇਹ ਗੁਰੂ ਕੀਆ ਸੰਗਤਾਂ ਨੂੰ ਦੁੱਖਾਂ ਤੋਂ ਪਾਰ ਉਤਾਰਨਗੇ ਉਹਨਾਂ ਦੇ ਕਾਰਜ ਰਾਸ ਕਰਨਗੇ ਉਠੋ ਸਗਲ ਬੰਧਨ ਇਸ ਕੀਜੇ ਨਾ ਨਾ ਭਾਤੋ ਪਾਇਨ ਦੀਜੇ ਕਾਰਜ ਅਨਕ ਜਗਤ ਮੈਂ ਸਾਰੇ ਕਹਿਣ ਲੱਗੇ ਹੋਰ ਵੀ ਜਗ ਵਿੱਚ ਬਹੁਤ ਸਾਰੇ ਕੰਮ ਇਹ ਸਵਾਰਨਗੇ ਕਿ ਗੁਰੂ ਅਰਜਨ ਦੇਵ ਜੀ ਨੇ ਬਹੁਤ ਕਾਰਸਵਾਰੇ ਮਨੁੱਖਤਾ ਦੇ ਭਲੇ ਲਈ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ ਮਨੁੱਖਤਾ ਦੇ ਭਲੇ ਲਈ ਆਪਣੇ ਹੱਥੀਂ ਮਾਨਵਤਾ ਦੀ ਬਹੁਤ ਵੱਡੀ ਸੇਵਾ ਗੁਰੂ ਅਰਜਨ ਸਾਹਿਬ ਜੀ ਨੇ ਕੀਤੀ ਜੇ ਲੋੜ ਪਈ ਤੇ ਆਪਣੀ ਸ਼ਹਾਦਤ ਵੀ ਦੇ ਦੇਤੀ ਗੁਰੂ ਰਾਮਦਾਸ ਜੀ ਕਹਿੰਦੇ ਇਹ ਹੋਰ ਵੀ ਜਗ ਦੇ ਕਾਰਸਵਾਰਨ ਗੇਸ ਕਰਕੇ ਤੁਸੀਂ ਸਾਰੇ ਉੱਠੋ ਅਰਜਨ ਸਾਹਿਬ ਜੀ ਨੂੰ ਵੰਦਨਾ ਕਰੋ ਔਰ ਜੋ ਤੁਸੀਂ ਪੇਟਾਵਾਂ ਮੇਰੇ ਲਈ ਲੈ ਕੇ ਇਹਨਾਂ ਦੇ ਅੱਗੇ ਅਰਪਣ ਕਰ ਦਿਓ ਸੁਣ ਸਤਿਗੁਰ ਕੇ ਬਚਨ ਅਨੰਦੇ ਬੋਲਤ ਜੈ ਜਹਕਾਰ ਬਿਲੰਦੇ ਗੁਰੂ ਕੇ ਇਹ ਬਚਨ ਜਦੋਂ ਸੰਗਤਾਂ ਨੇ ਸੁਣਿਆ ਕਿ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਨ ਹੋਣਗੇ ਗੁਰੂ ਅਰਜਨ ਸਾਹਿਬ ਜੀ ਦਾ ਸੰਗਤ ਨਾਲ ਬਹੁਤ ਪਿਆਰ ਸੀ ਉਹਨਾਂ ਦੇ ਸੁਭਾਅ ਕਰਕੇ ਉਹਨਾਂ ਦੇ ਵਿਹਾਰ ਕਰਕੇ ਸੰਗਤ ਉਹਨਾਂ ਨੂੰ ਬਹੁਤ ਪਿਆਰ ਕਰਦੀ ਸੀ ਇਸ ਕਰਕੇ ਸੰਗਤ ਬੜੀ ਆਨੰਦਿਤ ਹੋਈ ਹੈ ਉਹਨਾਂ ਜੈ ਜੈਕਾਰ ਕੀਤੀ ਹੈ ਜਥਾ ਸ਼ਕਤ ਧਰ ਨਿਕਟ ਅਕੋਰ ਨਮਸਕਾਰ ਕੀਨਸ ਕਰ ਜੋਰ ਜਥਾ ਸ਼ਕਤ ਜੋ ਜੋ ਵੀ ਉਹ ਕਰ ਸਕਦੇ ਸਨ ਉਹ ਪੇਟਾਵਾਂ ਗੁਰੂ ਅਰਜਨ ਸਾਹਿਬ ਜੀ ਦੇ ਅੱਗੇ ਰੱਖ ਕੇ ਉਹਨਾਂ ਨਮਸਕਾਰ ਕੀਤੀ ਹੈ ਉਤਸਵ ਸਭ ਸਿੱਖਨ ਮੈਂ ਹੋਵਾ ਸ੍ਰੀ ਅਰਜਨ ਰਵ ਉਦਯਤ ਜੋਵਾ ਸਿੱਖਾਂ ਦੇ ਅੰਦਰ ਬੜਾ ਉਤਸ਼ਾਹ ਹੈ ਬੜੀ ਖੁਸ਼ੀ ਪ੍ਰਗਟ ਹੋਈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਸੂਰਜ ਨਹੀਂ ਚੜਦਾ ਚੜਦੇ ਸੂਰਜ ਦਾ ਕਿੰਨਾ ਸੋਹਣਾ ਆਪਾ ਦੇਖਦੇ ਰੂਪ ਹੁੰਦਾ ਹੈ ਪ੍ਰਭਾਵ ਹੁੰਦਾ ਹੈ ਇਸ ਤਰੀਕੇ ਨਾਲ ਚੜਦੇ ਸੂਰਜ ਵਾਂਗੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁੰਦਰਤਾ ਬਣੀ ਹੋਈ ਹੈ ਦਾਸ ਦਾਮ ਰਸ ਵਿਕਤੇ ਬ੍ਰਿੰਦ ਜਗਿਆਸੀ ਗੁਣ ਮੁਦਤ ਬਿਲੰਦ ਮਿਲੰਦ ਔਰ ਇਸ ਤਰੀਕੇ ਨਾਲ ਜਿਵੇਂ ਸੂਰਜ ਚੜਦਾ ਹੈ ਸੂਰਜ ਦੇ ਚੜਨ ਦੇ ਨਾਲ ਜੋ ਕਮਲ ਹੁੰਦਾ ਉਹ ਖਿੜਦਾ ਹੈ ਸੂਰਜ ਨੂੰ ਦੇਖ ਕੇ ਉਹ ਖਿੜਦਾ ਹੈ ਗੁਰਸਿੱਖਾਂ ਦੇ ਹਿਰਦੇ ਖਿੜੇ ਨੇ ਜਗੇ ਆਸੂ ਮਾਨਵ ਚ ਐਨ ਜਿਵੇਂ ਕਮਲ ਖਿੜਦਾ ਹੈ ਪੌਰੇ ਉਹਦੇ ਤੇ ਆਉਂਦੇ ਮੜਰੌਂਦੇ ਨੇ ਇਵੇਂ ਜਗਿਆਸੂਆਂ ਦੇ ਹਿਰਦੇ ਜਿਹੜੇ ਨੇ ਉਹ ਪ੍ਰਸੰਨ ਹੋਏ ਹਨ ਮਹਾਦੇਵ ਪ੍ਰਥੀਏ ਉਹ ਰਿਆਸਾ ਭ੍ਰਮ ਤਮ ਜੋਤੇ ਨਿ사 ਬਿਨਾਸਾ ਬਾਬਾ ਮਹਾਦੇਵ ਜੀ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਾਈ ਸਾਹਿਬ ਸਨ ਪ੍ਰਥੀ ਚੰਦ ਜੀ ਮਹਾਦੇਵ ਜੀ ਤੋਂ ਵੀ ਵੱਡੇ ਸਨ ਔਰ ਪ੍ਰਥੀ ਚੰਦ ਜੀ ਤੇ ਬਹੁਤ ਵੱਡੀ ਇਹ ਆਸ ਵੀ ਲਈ ਬੈਠੇ ਦਾਵਾ ਵੀ ਕਰਦੇ ਸਨ ਕੀ ਗੁਰਤਾ ਗੱਦੀ ਤੇ ਹੱਕ ਮੇਰਾ ਹੈ ਉਹ ਤੇ ਸਮਝ ਹੀ ਬੈਠੇ ਸਨ ਆਪਣੇ ਅਭੂ ਕਿ ਮੈਂ ਹੀ ਗੁਰੂ ਹਾਂ ਗੁਰੂ ਰਾਮਦਾਸ ਜੀ ਮਹਾਰਾਜ ਦੇ ਵੇਲੇ ਵੀ ਸਾਰਾ ਕਾਰੋਬਾਰ ਉਹਨਾਂ ਨੇ ਕਬੂ ਕਰ ਲਿਆ ਸੀ ਇਸ ਕਰਕੇ ਉਹਨਾਂ ਦੇ ਮਨ ਚ ਵੀ ਉਦਾਸੀ ਆਉਣੀ ਗੁੱਸਾ ਆਉਣਾ ਇੱਕ ਕੁਦਰਤੀ ਗੱਲ ਸੀ ਮਹਾਂਦੇਵ ਤਾਂ ਵੈਸੇ ਤਿਆਗੀ ਸੁਭਾਅ ਦੇ ਸਨ ਉਹਨਾਂ ਦੀ ਕੋਈ ਮੋਬ ਆਇਆ ਨਾਲ ਪਕੜ ਨਹੀਂ ਸੀ ਪਰ ਉਦਾਸੀ ਉਹਨਾਂ ਦੇ ਮਨ 'ਚ ਵੀ ਆਈ ਇਨਕੇ ਪੱਖੀ ਉਡਗੰਦੁਰੇ ਨਿੰਦਕ ਪੇਜਕ ਮੁਖ ਦ੍ਰਿਗ ਜੁਰੇ ਜਿਵੇਂ ਸੂਰਜ ਚੜਨ ਦੇ ਨਾਲ ਕਮਲ ਖਿੜਦਾ ਹੈ ਔਰ ਲੇਕਿਨ ਸੂਰਜ ਚੜਨ ਦੇ ਨਾਲ ਉੱਲੂ ਜਿਹੜਾ ਉਹ ਅੱਖਾਂ ਬੰਦ ਕਰਕੇ ਬੈਠ ਜਾਂਦਾ ਹੈ ਚੋਰ ਜਿਹੜੇ ਲੁਕ ਜਾਂਦੇ ਨੇ ਇਸੇ ਤਰੀਕੇ ਨਾਲ ਜਿਹੜੇ ਗੁਰੂ ਕੇ ਨਿੰਦਕ ਸਨ ਜਿਹੜੇ ਪ੍ਰਥੀ ਚੰਦੇ ਇਵੇਂ ਕਹ ਲੋ ਚਾਪਲੂਸ ਸਨ ਝੋਲੀ ਚੁੱਕ ਸਨ ਉਹ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਤਾਪ ਵਡਿਆਈ ਦੇਖ ਕੇ ਬੜੇ ਦੁਖੀ ਹੋਏ ਹਨ। ਪ੍ਰਤੀ ਚੰਦ ਦੁਤ ਚੰਦ ਮਨਿੰਦ ਫੀਕੋ ਬਰਿਓ ਤਿਸ ਸ਼ਿਨਮੰਦ ਜਿਸ ਵੇਲੇ ਸੂਰਜ ਚੜ੍ਹ ਜਾਏ ਚੰਦਰਮਾ ਜਿਹੜਾ ਨਾ ਉਹ ਮੱਧਮ ਪੈ ਜਾਂਦਾ ਹੈ। ਉਹ ਨਜ਼ਰ ਹੀ ਨਹੀਂ ਹੁੰਦਾ। ਉਹਦੀ ਲਾਈਟ ਕੋਈ ਨਹੀਂ ਹੁੰਦੀ ਉਸ ਵੇਲੇ। ਤਾਰੇ ਜਿਹੜੇ ਨੇ ਉਹ ਵੀ ਲੁਕ ਜਾਂਦੇ ਨੇ। ਇੱਕ ਆਮ ਬਚਨ ਪੜਦੇ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛਪੇ ਅੰਧੇਰ ਪਲੋਵਾ ਸੂਰ ਚੜਨਲ ਤਾਰੇ ਹੁੰਦੇ ਨੇ ਇਹ ਨਹੀਂ ਕਿ ਤਾਰੇ ਕਿਤੇ ਚਲੇ ਜਾਂਦੇ ਨੇ ਪਰ ਸੂਰਜ ਦੇ ਅੱਗੇ ਤਾਰੇ ਜਿਹੜੇ ਨੇ ਉਹਨਾਂ ਦੀ ਰੋਸ਼ਨੀ ਲੋਕਾਂ ਨੂੰ ਨਜ਼ਰੀ ਨਹੀਂ ਆਉਂਦੀ ਮੱਧਮ ਪੈਜ ਦੇ ਸੂਰਜ ਦੇ ਤੇਜ ਅੱਗੇ ਉਹ ਅਰਜਨ ਸਾਹਿਬ ਜੀ ਦੇ ਪ੍ਰਤਾਪ ਅੱਗੇ ਪ੍ਰਿਥੀ ਚੰਦ ਤਾਂ ਐਵੇਂ ਜਿਵੇਂ ਚੰ드ਰਮਾ ਨਹੀਂ ਦੇਣ ਵਾਲੀ ਨਜ਼ਰੀ ਨਹੀਂ ਹੁੰਦਾ ਇਦਾਂ ਹੋ ਗਿਆ ਉਦੇ ਜਿਹੜੇ ਸੰਗੀ ਸਾਥੀ ਸਨ ਹੋਰ ਤਾਰੇ ਵਾਂਗੂ ਉਹਦੇ ਬਿਲਕੁਲ ਨਜ਼ਰ ਹੀ ਨਹੀਂ ਆਉਂਦੇ ਉਸ ਵੇਲੇ ਜਰ ਬਰ ਗयो ਅਦਿਕ ਦੁਖ ਪਾਵਤ ਗਰੀਵ ਨੀਵ ਗਰੀਬ ਕਰ ਬਸਨਾ ਬਸਾਵਤ ਇੱਥੇ ਚਾਂਜੀ ਬਹੁਤ ਦੁਖੀ ਹੋ ਗਏ ਅੰਦਰ ਉਹਨਾਂ ਦੇ ਗੁੱਸਾ ਬੜਾ ਹੈ ਔਰ ਸ਼ਰਮਸਾਰ ਵੀ ਬੜੇ ਨੇ ਕਿਉਂਕਿ ਆਪਣੇ ਲੋਕਾਂ ਚ ਆਪਣੇ ਸਾਥੀਆਂ ਚ ਤੇ ਉਹਨਾਂ ਇਹੀ ਪ੍ਰਚਾਰਿਆ ਸੀ ਕਿ ਮੈਂ ਗੁਰੂ ਬਣ ਗਿਆ ਹਾਂ ਹੁਣ ਉਹਨਾਂ ਦੇ ਸਾਹਮਣੇ ਧੌਣ ਉੱਚੀ ਨਹੀਂ ਕਰਦੇ ਅੰਦਰ ਬੜੇ ਦੁਖੀ ਹਨ ਮਹਾਦੇਵ ਤੂ ਸ਼ਨ ਥਿਰਥਿਓ ਹਰਖ ਨਾ ਸ਼ੋਕ ਦੇ ਦੇ ਕਸ਼ਕਿਓ ਮਹਾਦੇਵ ਜੀ ਮਸਤ ਨੇ ਨਾ ਉਹਨਾਂ ਨੂੰ ਖੁਸ਼ੀ ਹੈ ਨਾ ਗਮੀ ਹੈ ਉਹਨਾਂ ਦੇ ਕੋਈ ਅਸਰ ਨਹੀਂ ਪਿਆ ਉਹ ਮਸਤ ਹੀ ਰਹੇ ਹਨ ਸੁਨ ਜਨਨੀ ਬੜ ਭਾਗਾ ਜਪਾਨੀ ਗੁਰ ਅਰਜਨ ਬਾ ਮੁੱਦਤ ਮਹਾਨੀ ਮਾਤਾ ਭਾਨੀ ਜੀ ਨੂੰ ਜਿਸ ਵੇਲੇ ਖਬਰ ਮਿਲੀ ਇਹ ਗੁਰਤਾ ਗੱਦੀ ਤੇ ਉਹਨਾਂ ਦਾ ਛੋਟਾ ਪੁੱਤਰ ਅਰਜਨ ਸਾਹਿਬ ਜੀ ਬਰਾਜਮਨ ਹੋ ਗਿਆ ਹੈ ਉਹਨੂੰ ਇਵਦਾਤ ਮਿਲ ਗਈ ਹੈ ਉਹ ਬੜੇ ਪ੍ਰਸੰਨ ਹੋਏ ਨੇ ਕਿਉਂਕਿ ਉਹਨਾਂ ਦੇ ਪੁੱਤਰ ਨੇ ਉਹਨਾਂ ਦੀ ਇਹ ਵਡਿਆਈ ਬਣੀ ਹੈ ਦੇਖੋ ਮਾਤਾ ਭਾਨੀ ਜੀ ਕਿੰਨੇ ਭਾਗਾਂ ਵਾਲੇ ਨੇ ਬੀਬੀ ਭਾਨੀ ਜੀ ਦੇ ਪਿਤਾ ਵੀ ਗੁਰੂ ਅਮਰਦਾਸ ਜੀ ਗੁਰੂ ਨੇ ਉਹਨਾਂ ਦੇ ਪਤੀ ਗੁਰੂ ਰਾਮਦਾਸ ਜੀ ਮਹਾਰਾਜ ਉਹ ਵੀ ਗੁਰੂ ਨੇ ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨੇ ਪੁੱਤਰ ਦੇ ਪੁੱਤਰ ਪੁੱਤਰ ਦੇ ਪੁੱਤਰ ਸਾਰੀ ਪੀੜ੍ਹੀ ਜਿਹੜੀ ਉਹਨਾਂ ਦੀ ਜਿਹੜੀ ਹੈ ਉਹ ਗੁਰੂ ਬਣ ਗਈ ਇਸ ਕਰਕੇ ਉਹ ਬੜੇ ਪ੍ਰਸੰਨ ਨੇ ਔਰ ਵੱਡੀ ਪ੍ਰਸੰਤਾ ਇਹ ਹੈ ਕਿਉਂਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਇਤਿਹਾਸ ਪੜ੍ਹਦੇ ਆ ਗੁਰੂ ਕੇ ਪੁੱਤਰਾਂ ਨੇ ਵੀ ਆਸ ਲਾਈ ਸੀ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਲੈਣਾ ਜਿਹਨੂੰ ਯੋਗ ਜਾਣ ਕੇ ਗੁਰਤਾ ਗੱਦੀ ਦੀ ਦਾਤ ਦੇ ਦਿੱਤੀ ਔਰ ਮਾਤਾ ਸੁਲਖਣੀ ਜੀ ਨੇ ਉਦੋਂ ਇਹ ਨਾਰਾਜ਼ਗੀ ਵੀ ਪ੍ਰਗਟ ਕੀਤੀ ਕਿ ਆਪਣੇ ਪੁੱਤਰਾਂ ਨੂੰ ਛੱਡ ਕੇ ਹੋਰ ਕਿਤੇ ਚਲੇ ਗਏ ਤੇ ਸਤਿਗੁਰੂ ਜੀ ਨੇ ਕਿਹਾ ਸੀ ਜੋ ਅਧਿਕਾਰੀ ਹੈ ਨਾ ਉਹਨੂੰ ਹੀ ਇਦਾਤ ਮਿਲਣੀ ਚਾਹੀਦੀ ਹੈ ਇਸੇ ਤਰੀਕੇ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਨੇ ਬਾਬਾ ਅਮਰਦਾਸ ਜੀ ਨੂੰ ਇਦਾਤ ਦਿੱਤੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਆਪਣੇ ਪੁੱਤਰਾਂ ਨੂੰ ਛੱਡ ਕੇ ਇਹ ਵਿਢਾਈ ਦੇ ਦਿੱਤੀ ਹੁਣ ਕੁਦਰਤੀ ਇਹ ਖਿਆਲ ਹੁੰਦਾ ਹੈ ਮਾਂ ਦੇ ਮਨ 'ਚ ਕਿ ਇਹ ਵਿਢਾਈ ਕਿਤੇ ਹੋਰ ਨਾ ਚਲੀ ਜਾਏ ਕਿ ਪੁੱਤਰ ਵੀ ਮੇਰਾ ਕੋਈ ਲਾਇਕ ਹੈ ਇਸ ਗੱਲ ਦੇ ਇਸ ਕਰਕੇ ਉਹਨਾਂ ਨੂੰ ਖੁਸ਼ੀ ਹੋਈ ਕਿ ਮੇਰਾ ਪੁੱਤਰ ਗੁਰਤਾ ਗੱਦੀ ਦੇ ਲਾਇਕ ਜਾਣਿਆ ਹੈ ਗੁਰੂ ਸਾਹਿਬ ਜੀ ਨੇ ਵਡਿਆਈ ਦਿੱਤੀ ਹੈ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਇਸ ਕਰਕੇ ਉਹ ਬੜੇ ਪ੍ਰਸੰਨ ਹਨ ਸਿਮਰਤ ਪਿਤਾ ਤਾਕ ਸੁਖ ਪਾਏ ਵੋ ਨਹੀਂ ਬੰਸ ਤੇ ਗੁਰਤਾ ਜਾਏ ਵੋ ਜਿਸ ਵੇਲੇ ਗੋਇੰਦਵਾਲ ਵਿੱਚ ਮਾਤਾ ਪਾਨੀ ਜੀ ਰਹਿੰਦੇ ਸਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਛੋਟੇ ਜੇ ਸਨ 11 ਸਾਲ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਰਹਿਣ ਦਾ ਸੁਪਾਗ ਪ੍ਰਾਪਤ ਹੋਇਆ ਬੱਚੇ ਜਿਵੇਂ ਖੇਡਦੇ ਨੇ ਘਰ 'ਚ ਬੜੀਆਂ ਘਟਨਾਵਾਂ ਜਿਹੜੀਆਂ ਨੇ ਬਚਪਨ ਦੀਆਂ ਅੰਕਤ ਨੇ ਇਤਿਹਾਸ ਵਿੱਚ ਇੱਕ ਵਾਰਾਂ ਕਹਿੰਦੇ ਸਤਿਗੁਰੂ ਸਚੇ ਪਾਤਸ਼ਾਹ ਜੀ ਬੈਠੇ ਨੇ ਆਪਣੇ ਪਲੰਘ ਤੇ ਗੁਰੂ ਅਮਰਦਾਸ ਜੀ ਮਹਾਰਾਜ ਤੇ ਅਰਜਨ ਸਾਹਿਬ ਜੀ ਰਿੜਦੇ ਰਿੜਦੇ ਪਲੰਘ ਦੇ ਕੋਲ ਆ ਗਏ ਪਲੰਘ ਤੇ ਚੜਨ ਦਾ ਯਤਨ ਕਰਦੇ ਨੇ ਪਲੰਘ ਥੋੜਾ ਹਿੱਲਿਆ ਵੀ ਹੋਏਗਾ ਸਤਿਗੁਰੂ ਜੀ ਦਾ ਧਿਆਨ ਉਸ ਵੱਲ ਉੱਟ ਗਿਆ ਕਹਿਣਗੇ ਕਿਹੜਾ ਤੇ ਅੱਗੋਂ ਬੀਬੀ ਜੀ ਕਹਿੰਦੇ ਇਹ ਦੋਹਿਤ ਹੈ ਕਿ ਸਤਗੁਰੂ ਜੀ ਨੇ ਦੋਹੇ ਤਾਂ ਬਾਣੀ ਦਾ ਬਹੁਤ ਹੈ ਇਹ ਵੀ ਸਾਖੀਕਾਰਾਂ ਲਿਖਿਆ ਕਿ ਕਾਲੀ ਨਾ ਕਰ ਤੇਰੀ ਵੀ ਵਾਰੀ ਆਏਗੀ। ਪੰਨੀ ਜੀ ਇਸ ਕਰਕੇ ਪ੍ਰਸੰਨ ਨੇ ਕਿ ਪਿਤਾ ਦੇ ਬਚਨ ਪੂਰੇ ਹੋਗੇ। ਗੁਰਤਾ ਗੱਦੀ ਤੇ ਬੈਠ ਗਿਆ ਮੇਰਾ ਪੁੱਤਰ ਪਿਤਾ ਗੁਰੂ ਜੋ ਕੋ ਕਹਿਓ ਅਟਲ ਹੈ ਚਲੇ ਸੁਮੇਰ ਨਹੀਂ ਸੋ ਚਲ ਹੈ ਜੋ ਮੇਰੇ ਪਿਤਾ ਸਤਗੁਰੂ ਜੀ ਨੇ ਕਿਹਾ ਉਹ ਅਟਲ ਰਿਹਾ। ਸੁਮੇਰ ਪਹਾੜ ਜਿਵੇਂ ਇੱਕ ਥਾਂ ਤੇ ਕਾਇਮ ਆ ਨਾ ਉਹ ਹਿੱਲਦਾ ਨਹੀਂ ਹੈ। ਇਵੇਂ ਗੁਰੂ ਕੇ ਬਚਨ ਅਟਲ ਅਟਲ ਹਨ ਸਬਾ ਬਖੇ ਸ੍ਰੀ ਸਤਗੁਰ ਤਬੇ ਬੈਠੇ ਚੌਦਸ ਸੰਗਤ ਸਬੇ ਜੀਵਾਨ ਸਜਿਆ ਸੰਗਤ ਜੁੜੀ ਹੋਈ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਬਰਾਜਮਾਨ ਸੰਦਰਬਾਰ ਵਿੱਚ ਆਸੇ ਪਾਸੇ ਬੇਅੰਤ ਸੰਗਤਾਂ ਸੁਸ਼ਭਤ ਹੋਈਆਂ ਹਨ ਸ੍ਰੀ ਅਰਜਨ ਸਤ ਕੀ ਦਿਸ ਦੇਖ ਕੋ ਬਾਕ ਮਨ ਮੁਦਤ ਵਿਸ਼ੇਖ ਗੁਰ ਅਰਜਨ ਸਾਹਿਬ ਜੀ ਵੱਲ ਦੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਇਸ ਤਰ੍ਹਾਂ ਕਿਹਾ ਹੈ ਪ੍ਰਸੰਨ ਹੋ ਕੇ ਹੋਦ ਸ਼ਬਦ ਕੇ ਚਤੁਰਥ ਪਦ ਸਭ ਕੀਨੇ ਤੀਨ ਇੱਕ ਚਈਅਤ ਹੈ ਅਬ ਕਿ ਤੁਸੀਂ ਤਿੰਨ ਪਦ ਉਚਾਰਨ ਕੀਤੇ ਨੇ ਜਦੋਂ ਲਾਹੌਰ ਚ ਗਏ ਉੱਥੋਂ ਆਪ ਜੀ ਨੇ ਚਿੱਠੀਆਂ ਲਿਖੀਆਂ ਸਨ ਉਹ ਸ਼ਬਦ ਮਾਝ ਰਗ ਦਾ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਵ ਕਰੇ ਚਾਤਰ ਕੀ ਨਿਆਈ ਤ੍ਰਿਖਾ ਦਾ ਉtre ਸ਼ਾਂਤ ਨਾ ਆਵੇ ਮੇਂ ਦਰਸ਼ਨ ਸੰਤ ਪਿਆਰੇ ਜੀਓ ਫਿਰ ਦੂਜੀ ਚਿੱਠੀ ਲਿਖੀ ਸੀ ਫਿਰ ਤੀਜੀ ਔਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਕਿ ਤਿੰਨ ਪਦ ਨੇ ਸ਼ਬਦ ਦੇ ਚੌਥਾ ਪਦ ਵੀ ਉਚਾਰਨ ਕਰ ਦਿਓ ਰਚੋ ਸੁਪਦ ਸ਼ੁਭ ਨਿਕਟ ਹਮਾਰੇ ਪਾਵੋ ਸ਼ਬਦ ਭੋਗ ਮਤ ਧਾਰੇ ਇਸ ਕਰਕੇ ਉਹ ਸ਼ਬਦ ਪੂਰਾ ਕਰ ਦਿਓ ਉਹਨੂੰ ਸੰਪੂਰਨ ਕਰ ਦਿਓ ਮੇਰੇ ਸਾਹਮਣੇ ਬੈਠ ਕੇ ਜਿਸ ਕੋ ਜਗ ਮੈਂ ਸਿੱਖ ਗਨੇਰੇ ਪੜੇ ਸੁਨੇ ਮੁਦ ਪਾਏ ਬਡੇਰੇ ਜਿਸ ਪਵਿੱਤਰ ਬਾਣੀ ਨੂੰ ਗੁਰੂ ਕੇ ਸਿੱਖ ਪੜਨਗੇ ਸੁਣਨਗੇ ਔਰ ਇਸ ਪਵਿੱਤਰ ਬਾਣੀ ਚੋਂ ਖੁਸ਼ੀ ਪ੍ਰਗਟ ਹੋਏਗੀ ਸਿੱਖਾਂ ਨੂੰ ਮਿਲੇਗੀ ਮੁੱਦਤ ਵਿਰਧ ਹੋਏ ਕਰ ਤਬ ਕਹ ਸਤਿਗੁਰ ਬਾਗ ਚਤਹੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪ੍ਰਸੰਨ ਚਿਤ ਹੋ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਿਹਾ ਕਿ ਜੋ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਠੀਕ ਕਹਿ ਰਹੇ ਨੇ ਤੁਸੀਂ ਇਸ ਸ਼ਬਦ ਨੂੰ ਸੰਪੂਰਨ ਕਰ ਦਿਓ। ਸ੍ਰੀ ਅਰਜਨ ਸੁਨ ਕਹਤੇ ਸਮਿਓ ਰਚਿਓ ਸਮੋ ਰਚਿਓ ਸੁਬਦ ਬਦ ਕੋ ਕਰ ਨਮੋ। ਗੁਰੂ ਅਰਜਨ ਸਾਹਿਬ ਜੀ ਨੇ ਸਤਿਗੁਰੂ ਪਿਤਾ ਜੀ ਦੇ ਬਚਨ ਸੁਣ ਕੇ ਉਹ ਸ਼ਬਦ ਦਾ ਜਿਹੜਾ ਚੌਥਾ ਪਦ ਸੀ ਉਚਾਰਨ ਕੀਤਾ ਉਹਨੂੰ ਸੰਪੂਰਨ ਕਰ ਦਿੱਤਾ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਮੇਰੇ ਵੱਡੇ ਭਾਗ ਨੇ ਗੁਰਸੰਤ ਮਿਲਾਇਆ ਦੇ ਅਰਥ ਇਹ ਵੀ ਕਰਦੇ ਨੇ ਵਿਦਵਾਨ ਕਿ ਗੁਰੂ ਨੇ ਮੈਨੂੰ ਉਸ ਵਾਹਿਗੁਰੂ ਜੀ ਦੇ ਨਾਲ ਮਿਲਾ ਦਿੱਤਾ ਹੈ ਪਰਮਾਤਮਾ ਵਿੱਚ ਜੋੜ ਦਿੱਤਾ ਹੈ ਉਹ ਅਵਨਾਸੀ ਪ੍ਰਭੂ ਮੈਨੂੰ ਘਰ ਚੋਂ ਹੀ ਮਿਲ ਗਿਆ ਹੈ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਮੈਂ ਆਪਣੇ ਪ੍ਰਭੂ ਦੀ ਗੁਰੂ ਦੀ ਨਿਤ ਸੇਵਾ ਕਰਾਂਗਾ ਇੱਕ ਚਸਾ ਵੀ ਦੂਰ ਨੀਰਵਾਂਗਾ ਦਾਸ ਬਣ ਗਿਆ ਮੈਂ ਵਾਹਿਗੁਰੂ ਜੀਉ ਹਉ ਕੋਲੀ ਜੀਉ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਮੇਰਾ ਜੀਉ ਤੁਹਾਡੇ ਤੋਂ ਕੁਰਬਾਨ ਜਾਂਦਾ ਹੈ ਵਾਰਨੇ ਜਾਂਦਾ ਹੈ ਮੈਂ ਦਾਸ ਨਾਨਕ ਤੁਹਾਡਾ ਸੇਵਕ ਵਾਰਨੇ ਬਲੀ ਹਰ ਜਾਂਦਾ ਹਾਂ ਸ਼੍ਰੀ ਰਾਮਦਾਸ ਸੁਣ ਪਰਖੇ ਬਾਣੀ ਬਹੁਤ ਕਰਨਗੇ ਪਰਖੇ ਇਹ ਪਵਿੱਤਰ ਬਚਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੁਣੇ ਤੇ ਬੜੇ ਪ੍ਰਸੰਨ ਹੋਏ ਇਹ ਗੱਲ ਕਹੀ ਇਹ ਬਾਣੀ ਬਹੁਤ ਉਚਾਰਨਗੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਇਹ ਬਾਣੀ ਕਾ ਬੋਹਤਾ ਹੋਏਗਾ ਬੋਹਤਾ ਕਹਿੰਦੇ ਨੇ ਜਹਾਜ਼ ਨੂੰ ਆਪ ਜੀ ਨੇ ਵੀ ਬਚਨ ਕਹਿ ਤਾ ਇਹ ਬਾਣੀ ਬਹੁਤ ਉਚਾਰਨਗੇ ਆਸ਼ੀਸ਼ ਸਾਹਿਬ ਬਨਾਵਟ 헤ਰੀ ਰਚੀ ਤੁਰਤ ਨੈ ਲਾਗਸ ਦੇਰੀ ਜਦ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2300 ਤੋਂ ਜ਼ਿਆਦਾ ਸ਼ਬਦ ਜਿਹੜੇ ਨੇ ਉਹ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਨੇ ਇਵੇਂ ਕਹਿ ਲੋ ਕਿ ਤਕਰੀਬਨ ਅੱਧੇ ਦੇ ਕਰੀਬ ਬਾਣੀ ਜਿਹੜੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਹੈ ਸੁਖਮਨੀ ਸਾਹਿਬ ਜੀ ਵਰਗੀ ਬਾਣੀ ਸਹਿਸਕ੍ਰਿਤੀ ਸ਼ਲੋਕ ਇਸ ਤਰ੍ਹਾਂ 52 ਅਖਰੀ ਔਰ ਲਮੇਰੀਆਂ ਬਾਣੀਆਂ ਵਾਰਾਂ ਆਪ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਆਪ ਜੀ ਦੇ ਸ਼ਬਦ ਅਸ਼ਟਪਦੀਆਂ ਔਰ ਇਸ ਤਰੀਕੇ ਨਾਲ ਆਪ ਜੀ ਦੀ ਬੇਅੰਤ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਚ ਅੰਕਿਤ ਹੈ ਤਿੰਨ ਕੋਮਲ ਕਲਾਵਾਂ ਗਿਣੀਆਂ ਗਈਆਂ ਨੇ ਇੱਕ ਕੋਮਲ ਕਲਾ ਹੁੰਦੀ ਜਿਹਨੂੰ ਕਾਵ ਕਲਾ ਆਪਾਂ ਕਹਿੰਦੇ ਆ ਇੱਕ ਹੁੰਦੀ ਸੰਗੀਤ ਕਲਾ ਇੱਕ ਜਿਹਨੂੰ ਆਪਾਂ ਅੱਜਕੱਲ ਆਰਚੀਟੈਕਟ ਕਹਿੰਦੇ ਆ ਜਿਹਨੂੰ ਇਮਾਰਤ ਸਾਜੀ ਕਹਿੰਦੇ ਆ ਇਹ ਵੀ ਇੱਕ ਕੋਮਲ ਕਲਾ ਗਣੀ ਜਾਂਦੀ ਹੈ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਮਰਜ਼ ਤਿੰਨਾਂ ਚ ਹੀ ਪ੍ਰਭੀਨ ਜੇ ਉਹਨਾਂ ਦੀ ਕਾਵ ਕਲਾ ਦੇਖਣੀ ਹੈ ਗੁਰਬਾਣੀ ਪੜੋ ਕਿੰਨੀ ਉੱਚੀ ਮਹਾਨ ਕਵਿਤਾ ਸਤਗੁਰ ਜੀ ਨੇ ਬਾਣੀ ਉਚਾਰਨ ਕੀਤੀ ਕਈ ਰੂਪਾਂ ਚ ਸ਼ਬਦ ਨੇ ਸਲੋਕ ਨੇ ਅਸ਼ਟਪਦੀਆਂ ਨੇ ਔਰ ਇਸ ਤਰੀਕੇ ਨਾਲ ਸ਼ੰਤ ਨੇ ਸਤਗੁਰ ਜੀ ਦੀਆਂ ਉੱਚੇ ਚੀਆਂ ਬਾਣੀਆਂ ਨੇ ਬੇਅੰਤ ਬਾਣੀ ਆਪ ਜੀ ਦੀ ਹੈ ਇਸੇ ਤਰੀਕੇ ਨਾਲ ਉਹਨਾਂ ਦੇ ਸ਼ਬਦਾਂ ਦੀ ਬਨਾਵਟ ਦੇਖੋ ਤੁਸੀਂ ਅਗਲੀ ਗੱਲ ਉਸ ਸਮਾਂ ਜਦੋਂ ਜੇ ਸੰਪਾਦਨ ਕਲਾ ਦੀ ਗੱਲ ਨਹੀਂ ਹੈ ਸੰਪਾਦਨ ਕੋ ਪੁਸਤਕਾਂ ਲਿਖਣ ਦੀ ਏਡੇ ਵੱਡੇ ਪੱਧਰ ਤੇ ਗੱਲ ਨਹੀਂ ਹੈ ਉਸ ਸਮੇਂ ਚ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਇੱਕ ਮਹਾਨ ਗ੍ਰੰਥ ਜਿਹੜਾ ਹੈ ਉਹਦੀ ਸੰਪਾਦਨਾ ਕਰ ਦੇਣੀ ਇੱਕ ਬਹੁਤ ਵੱਡੀ ਇੱਕ ਕ੍ਰਾਂਤੀਕਾਰੀ ਗੱਲ ਸੀ ਉਸ ਵੇਲੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਕੋਈ ਇਹ ਨਹੀਂ ਕਿ ਇਧਰੋਂ ਖਿਆਲ ਲਿਆ ਜਾਂ ਕਪੂਲ ਕਲਪਨਾ ਹੈ ਆਤਮਿਕ ਉਚਾਈਆਂ ਦੀ ਗੱਲ ਤਾਂ ਕਰਦੀ ਹੈ ਰੋਹਾਨੀ ਦੀ ਗੱਲ ਤਾਂ ਕਰਦੀ ਹੈ ਮਨੁੱਖ ਦੀ ਜ਼ਿੰਦਗੀ ਦੇ ਹਰ ਪੱਖ ਦੀ ਚਰਚਾ ਗੁਰਬਾਣੀ ਵਿੱਚ ਹੈ ਸਮਾਜ ਦੀ ਗੱਲ ਹੈ ਅਰਥਵਸਥਾ ਦੀ ਗੱਲ ਹੈ ਰਾਜਨੀਤੀ ਦੀ ਗੱਲ ਹੈ ਇਸਤਰੀ ਦੀ ਗੱਲ ਹੈ ਪੁਰਖ ਦੀ ਗੱਲ ਹੈ ਸਾਡੇ ਬਚਪਨ ਦੀ ਗੱਲ ਹੈ ਜਵਾਨੀ ਦੀ ਗੱਲ ਹੈ ਸਾਡੇ ਲੋਕ ਦੀ ਗੱਲ ਹੈ ਪਰ ਲੋਕ ਦੀ ਗੱਲ ਹੈ ਇਹ ਭਾਈ ਗੁਰਦਾਸ ਜੀ ਦਾ ਜਿਹੜਾ ਬਚਨ ਹੈ ਨਾ ਕਿ ਜਿਵੇਂ ਸਮੁੰਦਰ ਦੀਆਂ ਤਹਾਂ ਦੇ ਵਿੱਚ بڑے بڑے ਕੀਮਤੀ ਪਦਾਰਥ ਹੁੰਦੇ ਨੇ ਪਰ ਜਿਹੜਾ ਹੰਸ ਤੇ ਮਰਜੂੜਾ ਹੁੰਦਾ ਹੈ ਨਾ ਉਹ ਚੁਬੀ ਮਾਰ ਕੇ ਕੱਢਦਾ ਹੈ ਹਰ ਨਹੀਂ ਕਰ ਸਕਦਾ ਜੈਸੇ ਤੋ ਸਗਲ ਨਿਦਪੂਰਣ ਸਮੁੰਦਰ ਵਿਖੇ ਹੰਸ ਮਰਜੀਵਾ ਨਿਸ਼ਚੈ ਪ੍ਰਸਾਦ ਪਾਵੇ ਮਰਜੂੜੇ ਤੇ ਹੰਸ ਜਿਹੜੇ ਨੇ ਉਹ ਜ਼ਕੀਨਨ ਉਹ ਮੋਤੀ ਜਾਂ ਜਿਹੜੇ ਰਤਨ ਨੇ ਸਮੁੰਦਰ ਦੀਆਂ ਤਹਾਂ ਚੋਂ ਲਭ ਲੈਂਦੇ ਨੇ ਜਿਵੇਂ ਪर्वਤ ਵਿੱਚ ਹੀਰੇ ਹੁੰਦੇ ਨੇ ਪਾਰਸ ਵਰਗੇ ਪੱਥਰ ਹੁੰਦੇ ਨੇ ਸੋਨਾ ਹੁੰਦਾ ਪਰ ਜਿਹੜੇ ਖੋਜਦੇ ਨੇ ਉਹੀ ਲੱਭਦੇ ਨੇ ਜਿਵੇਂ ਜੰਗਲ ਵਿੱਚ ਚੰਦਨ ਵਰਗੀ ਕੀਮਤੀ ਲੱਕੜ ਹੁੰਦੀ ਫੇੜਾ ਜਿਹੜਾ ਉੱਥੇ ਪਹੁੰਚੇਗਾ ਉਹੀ ਲੋਕਾਂ ਤੱਕ ਪਹੁੰਚਾਏਗਾ ਤੈਸੇ ਗੁਰਬਾਣੀ ਵਿੱਚ ਕਿੱਸਾ ਗਲ ਪਦਾਰਥ ਹੈ ਜੋਈ ਦੁਈ ਖੋਜੇ ਸੋਈ ਸੋਈ ਨਿਪ ਜਾਵੀ ਭਾਈ ਗੁਰਦਾਸ ਜੀ ਕਹਿੰਦੇ ਦੁਨੀਆਂ ਦੇ ਲੋਕੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਚ ਸਾਰੇ ਪਦਾਰਥ ਨੇ ਪਰ ਜਿਹੜਾ ਖੋਜੇਗਾ ਸਾਨੂੰ ਗੁਰਬਾਣੀ ਹਮੇਸ਼ਾ ਖੋਜਣ ਦੀ ਬਰਤੀ ਨਾਲ ਪੜ੍ਹਣੀ ਚਾਹੀਦੀ ਹੈ ਇਸ ਬਿੱਤੀ ਨਾਲ ਨਹੀਂ ਕਿਵੇਂ 30 ਪਾਠ ਕਰਾਂਗਾ 31 ਪਾਠ ਕਰਾਂਗਾ ਤੇ ਗੱਲ ਬਣ ਜੇਗੀ ਕਰੋ ਜੀ ਸਦਕੇ ਕਰੋ 31 ਨਹੀਂ 3100 ਕਰੋ ਭਾਈ ਕੋਈ ਨਹੀਂ ਰੋਕਦਾ ਪਰ ਮਸਲਾ ਤੇ ਹੈ ਕਿ ਕਰਨੀ ਕਾ ਦੇ ਨਹੀਂ ਰੇ ਆਪਾਂ ਜੇ ਤੇ ਆਪਾਂ ਜ਼ਿੰਦਗੀ ਸੁੱਖ ਚਾਹੁੰਨੇ ਆ ਜੇ ਜ਼ਿੰਦਗੀ ਚ ਅਸੀਂ ਉੱਚੇ ਉੱਠਣਾ ਚਾਹੁੰਨੇ ਆ ਸੁੱਖ ਰਹਾਣੀਅਤ ਮੰਨਣਾ ਚਾਹੁੰਨੇ ਆ ਆਨੰਦ ਮੰਨਣਾ ਚਾਹੁੰਨੇ ਆ ਤੇ ਗੁਰਬਾਣੀ ਕਿੰਨੀ ਫਿਰ ਖੋਜੀ ਉਪਜੈ ਬਾਦੀ ਬਿਨਸ ਖੋਜ ਕਰਨ ਵਾਲਾ ਹੀ ਹਮੇਸ਼ਾ ਉੱਚਾ ਉੱਠਦਾ ਹੈ ਭਾਵੇਂ ਦੁਨਿਆਵੀ ਗੱਲਾਂ ਨੇ ਅਮੇ ਅਧਿਆਤਮਿਕ ਗੱਲਾਂ ਨੇ ਜਿੱਧਰ ਵੀ ਅਸੀਂ ਖੋਜ ਦੀ ਬਿਰਤੀ ਨਾਲ ਚੱਲਾਂਗੇ ਅਸੀਂ ਉਸੇ ਕੰਮ ਦੇ ਵਿੱਚ ਅੱਗੇ ਵੱਧਦੇ ਜਾਵਾਂਗੇ ਤਰੱਕੀ ਕਰਦੇ ਚਲੇ ਜਾਵਾਂਗੇ ਤੇ ਜੇ ਕੋਈ ਡਾਕਟਰ ਜਿਹੜਾ ਹੈ ਉਹ 31 ਵਾਰੀ ਬੁੱਕ ਪੜਿਆ ਡਾਕਟਰ ਨਹੀਂ ਬਣ ਸਕਦਾ ਇਹ ਕਦੀ ਹੋਇਆ ਕਿ ਅਸੀਂ ਕਿਨੇ ਬੱਚਾ ਤੂੰ ਡਾਕਟਰ ਬਣਨਾ ਹੈ ਇਹ ਕਿਤਾਬ ਇੱਕ ਵਾਰੀ ਪੜ ਲੈ ਤੂੰ ਡਾਕਟਰ ਬਣ ਜਾਵੇਂਗਾ ਹੋਇਆ ਕਦੀ ਆਪਾਂ ਕਿਨੇ ਨੂੰ ਸਮਝ ਧਿਆਨ ਨਾਲ ਪੜ ਫੇਰ ਡਾਕਟਰ ਬਣੇਗਾ ਇਹ ਮੈਂ ਧਿਆਨ ਵੀ ਹੋਣੇ ਨਾਲ ਬਣਨੀ ਨਹੀਂ ਪਾਣਾ ਇਸੇ ਤਰੀਕੇ ਦੇ ਨਾਲ ਕੋਈ ਬੰਦਾ ਆਤਮਿਕ ਤੌਰ ਤੇ ਕਿਵੇਂ ਉੱਚਾ ਉੱਠ ਜੇਗਾ ਜੇ ਕਹਿ ਕੇ ਕੇਵਲ ਮੈਂਨੇ 100 ਵਾਰੀ ਕੋ ਪਾਠ ਕਰ ਲਿਆ ਨਹੀਂ ਮਾਲਾ ਫੇਰ ਲੀਆਂ ਨੇ ਜੇ ਡਾਕਟਰ ਬਣ ਲਈ ਇਮਤਿਹਾਨ ਹੁੰਦਾ ਨਾ ਤੇ ਜਦੋਂ ਆਤਮਿਕ ਜੀਵਨ ਜਤੇ ਇਮਤਿਹਾਨ ਹੈ ਹੀ ਬੜੇ ਨੇ ਇੱਥੇ ਤੇ ਬੜੇ ਇਮਤਿਹਾਨ ਨੇ ਇਸ ਕਰਕੇ ਜਿੰਨਾ ਵੱਡਾ ਤੁਹਾਨੂੰ ਰਤਬਾ ਚਾਹੀਦਾ ਉਹਨਾ ਔਖੇ ਇਮਤਿਹਾਨ ਆਏਗਾ ਦੇਖੋ ਆਮ ਬੰਦਾ ਪਹਿਲੀ ਕਲਾਸ ਕੋਈ ਔਖਾ ਹੀ ਇਮਤਿਹਾਨ ਨਹੀਂ ਹੈ ਉਹਦੇ ਲਈ ਤੇ ਚਲੋ ਔਖਾ ਹੀ ਹੈ ਪਹਿਲੀ ਕਲਾਸ ਵਾਲੇ ਦੀ ਜਿਉ ਜੋ ਕਲਾਸ ਵਧਦੀ ਜਾਏਗੀ ਇਹ ਇਮਤਿਹਾਨ ਹਾਰਡ ਹੁੰਦਾ ਜਾਏਗਾ ਜਿਉਂਨਾ ਵੱਡਾ ਤੁਸੀਂ ਕੁਰਤਬਾ ਲੈਣਾ ਜਿੰਨੇ ਉੱਚੇ ਤੁਸੀਂ ਉੱਠਣਾ ਓਨਾ ਹੀ ਵੱਡਾ ਇਮਤਿਹਾਨ ਹੋਏਗਾ ਤੇ ਜੇ ਤੁਸੀਂ ਚਾਹੁੰਦੇ ਕਿ ਅਸੀਂ ਪ੍ਰਮਾਤਮਾ ਚ ਲੇਵਲੀਨ ਹੋਣਾ ਤੇ ਐਵੇਂ ਥੋੜਾ ਮਾੜਾ ਫੇਰਾ ਹੋ ਜਾ ਗਿਆ ਤੇ ਥੋੜਾ ਅੱਖਾਂ ਮੀਟੇ ਹੀ ਹੋ ਜਾਵਾਂਗੇ ਉਹਦੇ ਲਈ ਵੀ ਇਮਤਿਹਾਨ ਹੋਣੇ ਨੇ ਜ਼ਿੰਦਗੀ ਚ ਉਹਦੇ ਵਿੱਚ ਵੀ ਸਾਨੂੰ ਜ਼ਿੰਦਗੀ ਦੇ ਅੰਦਰ ਉੱਚੇ ਉੱਠਣ ਦੇ ਲਈ ਬਲ ਚਾਹੀਦਾ ਹੈ ਤਾਕਤ ਮਚਾਹੀਦੀ ਜੋ ਗੁਰਬਾਣੀ ਚੋਂ ਮਿਲਦੀ ਗੁਰਬਾਣੀ ਸਾਨੂੰ ਵਿਵੇਕ ਮਤ ਦਿੰਦੀ ਹੈ ਗੁਰਬਾਣੀ ਸਾਨੂੰ ਆਤਮਿਕ ਬਲ ਦਿੰਦੀ ਹੈ ਗੁਰਬਾਣੀ ਸਾਡੇ ਅੰਦਰ ਰੱਬੀ ਗੁਣ ਫੈਦਾ ਕਰਦੀ ਹੈ ਗੁਰਬਾਣੀ ਸਾਨੂੰ ਆਤਮਿਕ ਪੱਖ ਤੋਂ ਉਚਾਈਆਂ ਤੇ ਲੈ ਜਾਂਦੀ ਹੈ ਗੁਰੂ ਕਲਗੀ ਤਰਪਾਤਸਾ ਜੀ ਨੇ ਇੱਕ ਵੇਰਾਂ ਭਾਈ ਸੰਤੋਖ ਸਿੰਘ ਜੀ ਨੇ ਕਥਾ ਅੰਗਤ ਕੀਤੀ ਕਿ ਕਾਫੀਰ ਆ ਗਿਆ ਸਾਧੂ ਆ ਗਿਆ ਸਤਗੁਰੂ ਜੀ ਦੀ ਹਜ਼ੂਰੀ ਚ ਖੰਭ ਪੇਟਾ ਕਰਤੇ ਸਿੱਖਣਗੇ ਮਹਾਰਾਜ ਇਹ ਖੰਭਾ ਦਾ ਕੀ ਅਰਥ ਹੈ ਸਤਗੁਰੂ ਜੀ ਕਹਿੰਦੇ ਤੁਹਾਨੂੰ ਸਮਝਾਉਣੀ ਆ ਬਾਹਰ ਚਲੇਗੇ ਸਤਗੁਰੂ ਜੀ ਨੇ ਇੱਕ ਤੀਰ ਛੱਡਿਆ ਤੀਰ ਧਰਤੀ ਤੇ ਡਿੱਗ ਪਿਆ ਗੁਰੂ ਸਾਹਿਬ ਜੀ ਕਹਿੰਦੇ ਲੱਭ ਕੇ ਲਿਆਓ ਸਿੱਖਾਂ ਨੇ ਲੱਭ ਲਿਆ ਜਿਵੇਂ ਭਾਈ ਸਾਹਿਬ ਨੇ ਲਿਖੀ ਕਥਾ ਫਿਰ ਇੱਕ ਤੀਰ ਖੰਭ ਨਾਲ ਬਨ ਕੇ ਛੱਡਿਆ ਸਤਗੁਰੂ ਜੀ ਕਹਿੰਦੇ ਲੱਭ ਕੇ ਲਿਆਓ ਸੇ ਕਹਿੰਦੇ ਤੀਰ ਤੇ ਲੱਗਦਾ ਥੱਲੇ ਹੀ ਨਹੀਂ ਆਇਆ ਪਤਾ ਨਹੀਂ ਕਿੱਧਰ ਚਲੇ ਗਿਆ ਸਤਗੁਰੂ ਜੀ ਕਹਿਣਗੇ ਠੀਕ ਹੈ ਤੁਸੀਂ ਕਹਿੰਦੇ ਇਹ ਖੰਭ ਕਿਸੇ ਅਜਿਹੇ ਪੰਛੀ ਦਾ ਜਿਹੜਾ ਆਕਾਸ਼ ਮੰਡਲ ਚ ਰਹਿੰਦਾ ਹੈ ਕਹਿੰਦੇ ਇਸ ਖੰਭ ਨਾਲ ਜਿਹੜੀ ਚੀਜ਼ ਬਨ ਕੇ ਛੱਡੀ ਜਾਏ ਉਸੇ ਮੰਡਲ ਚਲੀ ਜਾਂਦੀ ਹੈ ਦੇਖੋ ਗੱਲ ਸਮਝਾਉਣ ਲਈ ਬਹੁਤ ਵਧੀਆ ਹੈ ਇਸ ਬਾਤ 'ਚ ਅਸੀਂ ਨਹੀਂ ਪਿੰਦੇ ਕਿ ਪੰਛੀ ਹੈ ਸੀ ਜਾਂ ਨਹੀਂ ਹੈ ਸੀ ਗੱਲ ਇਹ ਕਿ ਜਿਹਦੀ ਸੁਰਤ ਗੁਰਬਾਣੀ ਨਾਲ ਜੁੜ ਜਾਏ ਉਹ ਪਰਮਾਤਮਾ ਦੇ ਮੁਲਖ 'ਚ ਹੀ ਚਲਿਆ ਜਾਂਦਾ ਹੈ ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੈ ਮਹਲ ਉਹ ਪਰਮਾਤਮਾ ਦੇ ਮੁਲਖ 'ਚ ਉਹਦੀ ਸੁਰ ਚਲੀ ਜਾਂਦੀ ਹੈ ਇਸ ਕਰਕੇ ਸਰਗੋ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਣਗੇ ਇਹ ਬਹੁਤ ਬਾਣੀ ਉਚਾਰਨਗੇ ਬੇਅੰਤ ਬਾਣੀ ਜੋ ਉਚਾਰਨਗੇ ਇਹਨਾਂ ਦੀ ਬੜੀ ਸੁੰਦਰ ਬਾਣੀ ਹੋਏਗੀ ਵੇਦੋਤਾ ਭਰਪੂਰ ਬਾਣੀ ਹੋਵੇਗੀ ਸ਼੍ਰੀ ਮੁਖ ਦੇ ਸਤ ਸੋ ਫਰਮਾਇਵ ਸਹਿਦ ਨਮਰਤਾ ਸ਼ਬਦ ਬਣਾਇਵ ਧੰ ਗੁਰੂ ਰਮਦਾਸ ਜੀ ਮਰੇ ਨੇ ਆਪਣੇ ਪੁੱਤਰ ਨੂੰ ਇਹ ਗੱਲ ਕਹੀ ਕਿ ਤੁਸੀਂ ਬੜੀ ਨਿਮਰਤਾ ਦੇ ਨਾਲ ਇਹ ਸ਼ਬਦ ਬਣਾਇਆ ਹੈ ਜਿਸ ਕੋ ਬੜ ਸੁਨ ਕਰੇ ਵਿਚਾਰਨ ਹਰੇ ਹੰਕਾਰ ਸਮੇਤ ਵਿਕਾਰਨ ਇਹ ਸ਼ਬਦ ਜੋ ਮਾਜ ਰਗਦਾ ਹੈ ਪ੍ਰਾਣੀ ਬਜ਼ੁਰਗ ਸ਼ਬਦ ਹਜ਼ਾਰੇ ਦੇ ਸ਼ਬਦਾਂ ਚ ਪਹਿਲਾਂ ਇਹਨੂੰ ਪੜਦੇ ਅੱਜ ਵੀ ਪੜਦੇ ਨੇ ਗੁਰੂ ਪਿਆਰੇ ਜਿਹੜੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਹਦੇ ਚ ਕਿੰਨਾ ਪਿਆਰ ਭਰਿਆ ਕਿੰਨੀ ਖਿੱਚ ਕਿੰਨਾ ਇਹਦੇ ਵਿੱਚ ਬਿਰਹੋਂ ਭਰਿਆ ਹੋਇਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਬ ਕਰੇ ਚਾਤਰ ਕੀ ਨਿਆਈ ਰੇਖਣਾ ਉਤਰੀ ਸ਼ਾਂਤ ਨਾਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਹੋਂ ਕੋਲੀ ਜੀਉ ਕੋਲ ਕਮਾਈ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰਤੁੱਤ ਭਗਵੰਤਾ ਇੱਕ ਹੁੰਦਾ ਸ਼ਬਦਾਂ ਨੂੰ ਪੜੀ ਜਾਣਾ ਅੱਖਾਂ ਦੇ ਨਾਲ ਪੜੀ ਜਾਣਾ ਪਰ ਜਦੋਂ ਸ਼ਬਦ ਵਿੱਚ ਸੁਰਤ ਜੋੜਾਂਗੇ ਨਾ ਸੁਰਤ ਜੋੜਾਂਗੇ ਉਦੋਂ ਰਸ ਆਏਗਾ ਉਦੋਂ ਅੰਦਰ ਇੱਕ ਖਿੱਚ ਪੈਦਾ ਹੋਏਗੀ ਇਸ ਕਰਕੇ ਗੁਰਬਾਣੀ ਜਦੋਂ ਸੁਰਤ ਜੁੜਦੀ ਹੈ ਨਾ ਗੁਰਬਾਣੀ ਸਾਡੇ ਅੰਦਰ ਇੱਕ ਕਸਸ ਪੈਦਾ ਕਰਦੀ ਹੈ ਸਾਡੇ ਅੰਦਰ ਇੱਕ ਖਿੱਚ ਪੈਦਾ ਕਰਦੀ ਹੈ ਸੋ ਇੰਨਾ ਪਿਆਰਾ ਸ਼ਬਦ ਸਤਗੁਰੂ ਜੀ ਕਹਿੰਦੇ ਤੁਸੀਂ ਉਚਾਰਿਆ ਜਿਹੜਾ ਪਿਆਰ ਨਾਲ ਪੜ੍ਹੇਗਾ ਸੁਨੇਗਾ ਉਹਦੇ ਅੰਦਰ ਪਰਮਾਤਮਾ ਦਾ ਪਿਆਰ ਪੈਦਾ ਹੋਵੇਗਾ ਹਾਥ ਜੋਰ ਬਿਦ ਤੇ ਸੁਨ ਬਾਨੀ ਆਤ ਅਧੀਨ ਹੋਏ ਬੰਧਨ ਠਾਨੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਪਿਤਾ ਸਤਗੁਰੂ ਜੀ ਕੋਲ ਇਹ ਬਚਨ ਸੁਨੇ ਤੇ ਹੱਥ ਜੋੜ ਕੇ ਇਸ ਤਰ੍ਹਾਂ ਬੇਨਤੀ ਕੀਤੀ ਨਮਸਕਾਰ ਕਰਕੇ ਕਰਨ ਕਰਾਵਨ ਤੁਮਹੀ ਯਹੋ ਮੈਂ ਅਨਸਾਰ ਸਦਾ ਜਿਮ ਕਹੋ ਮਹਾਰਾਜ ਜੀ ਕਰਨ ਕਰਾਵਨ ਹਾਰ ਤੇ ਤੁਸੀਂ ਹੋ ਮੈਂ ਤੇ ਤੁਹਾਡੇ ਅਨਸਾਰ ਚਾ ਤੁਹਾਡੇ ਹੁਕਮ ਵਿੱਚ ਹਾਂ ਜਿਵੇਂ ਕਹੋਗੇ ਹੋਵੇਗਾ ਸਭਾ ਉੱਠੀ ਜਬ ਨਿਜ ਨਿਜ ਥਾਨ ਪਹੁੰਚੇ ਸਭ ਸ਼ੁਭਕਰਤ ਬਖਾਨ ਦੀਵਾਨ ਸਮਾਪਤ ਹੋ ਗਿਆ ਗੁਰੂ ਕੀ ਸੰਗਤ ਆਪੋ ਆਪਣੇ ਥਾਣਾ ਤੇ ਚਲੀ ਗਈ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਆਪਣੇ ਨਿਵਾਸ ਸਥਾਨ ਤੇ ਚਲੇ ਗਏ ਭਾਈ ਬਿਰਧ ਜੋ ਬ੍ਰਿਥਿਆ ਮਿਲਿਓ ਜਰਬਰ ਰਹੋ ਨਮਸ ਬਸ ਕੁਛ ਚਲਿਓ ਜਿਸ ਵੇਲੇ ਸਭਾ ਸਮਾਪਤ ਹੋਈ ਭਾਈ ਬੁੱਢਾ ਸਾਹਿਬ ਜੀ ਜਿਨ ਨੂੰ ਅਸੀਂ ਬੜੇ ਅਦਬ ਨਾਲ ਬਾਬਾ ਬੁੱਢਾ ਸਾਹਿਬ ਜੀ ਕਹਿੰਨੇ ਆ ਉਹਨਾਂ ਨੂੰ ਇਤਿਹਾਸ ਵਿੱਚ ਭਾਈ ਬਿਰਧ ਜੀ ਲਿਖਿਆ ਹੈ ਬਾਬਾ ਬੁੱਢਾ ਜੀ ਸਾਹਿਬ ਜੀ ਜਿਸ ਵੇਲੇ ਗਏ ਨੇ ਰਸਤੇ 'ਚ ਪ੍ਰਥੀ ਚੰਦ ਨੂੰ ਉਹਨਾਂ ਨੂੰ ਮਿਲ ਗਏ ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ ਗੁਰੂ ਅਰਜਨ ਸਾਹਿਬ ਜੀ ਦੇ ਵੱਡੇ ਭਾਈ ਰਸਤੇ ਵਿੱਚ ਮਿਲ ਗਏ ਸਨ ਬੁੱਢੇ ਹਮ ਤੁਝ ਕੋ ਜਾਣੇ ਗੁਰ ਨਾਨਕ ਸਮ ਮਹਿਮਾ ਮਾਨੇ ਜਰ ਬਰ ਰਹੇ ਉਹ ਨਾ ਬਸ ਕਛ ਲਿਓ ਜਿਹੜਾ ਅੰਦਰੋਂ ਸੜ ਬਲ ਕੇ ਕੋਲੇ ਹੋ ਗਿਆ ਸੀ ਹੁਣ ਵਾਹ ਪੇਸੋ ਦੀ ਗਈ ਨਹੀਂ ਇੰਨੀ ਸੰਗਤ ਵਿੱਚ ਬੋਲ ਨਹੀਂ ਸਕਿਆ ਬੋਲਦਾ ਤੇ ਉਹ ਹੋਰ ਨੀਵਾ ਹੋਣਾ ਸੀ ਪਹਿਲਾਂ ਹੀ ਬੋਲ ਕੇ ਨੀਵਾ ਹੋ ਗਿਆ ਲੇਕਿਨ ਅੰਦਰੋਂ ਬੜਾ ਦੁਖੀ ਹੈ ਇਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਉਹਦੇ ਨਜ਼ਰੀਂ ਪਏ ਤੇ ਬੜਾ ਖਿੱਚ ਕੇ ਨਾ ਅੱਗੇ ਤੇ ਬੜੇ ਅਦਬ ਨਾਲ ਬੋਲਦਾ ਸੀ ਕਹਿਣ ਲੱਗਾ ਉਹ ਬੁੱਢਿਆ ਗੱਲ ਸੁਣ ਹਮ ਤੁਝ ਕੋ ਜਾਣੇ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਸਮਝਦਾ ਹਾਂ ਗੁਰੂ ਨਾਨਕ ਸਾਹਿਬ ਮੈਂ ਮੰਨੇ ਤੁਹਾਡੀ ਪਹਿਲਾਂ ਤੇ ਅਦਬ ਨਾਲ ਬੋਲਦਾ ਸੀ ਕਹਿਣ ਲੱਗਾ ਮੈਂ ਤੇਰੀ ਵਿੱਡਾਈ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਸਮਝਦਾ ਸਮ ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਗੁਰੂ ਘਰ ਨਾਲ ਜੁੜੇ ਹੋ ਤੁਹਾਡੀ ਐਡੀ ਮਾਨਤਾ ਮੈਂ ਕਰਦਾ ਸਾਂ ਇਨੀ ਵਡਿਆਈ ਤੁਹਾਡੇ ਪ੍ਰਤੀ ਮੈਂ ਸ਼ਰਧਾ ਰੱਖਦਾ ਸਾਂ ਇਸ ਵਿਦ ਆਜ ਤੀਕ ਮਤ ਮੇਰੀ ਰਹੀ ਨ ਅਬਸ਼ਰਦਾ ਕਰਤ ਹੈਰੀ ਅੱਜ ਤੱਕ ਮੇਰਾ ਇਹ ਵਿਸ਼ਵਾਸ ਰਿਹਾ ਤੁਹਾਡੇ ਤੇ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਪਿਆਰੇ ਹੋ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਬਰਾਬਰ ਦੇਖਦਾ ਰਿਹਾ ਇਹ ਮੇਰੀ ਮਤ ਰਹੀ ਹੈ ਪਰ ਹੁਣ ਇਸ ਵੇਲੇ ਰਹੀ ਨ ਅਬਸ਼ਰਦਾ ਕਰਤ ਹੈਰੀ ਜੋ ਕੰਮ ਅਜ ਕਰਤ ਹੈ ਨਾ ਤੂੰ ਮੇਰੀ ਕੋਈ ਸ਼ਰਧਾ ਨਹੀਂ ਰਹੀ ਤੇਰੇ ਤੇ ਕੋਈ ਪਿਆਰ ਨਹੀਂ ਰਿਹਾ ਤੇਰੇ ਪ੍ਰਤੀ ਰਹਿਓ ਸੰਗ ਸਭ ਹੀ ਸਤਿਗੁਰ ਕੇ ਦੇਖ ਤਰਿਓ ਬਿਰਤਾਂਤ ਸੁਧਰ ਕੇ ਦੇਖੋ ਬਾਬਾ ਬੁੱਢਾ ਜੀ ਨੂੰ ਕਹਿੰਦਾ ਕਿ ਤੁਸੀਂ ਸਾਡੇ ਸਾਰੇ ਸਤਿਗੁਰ ਜੀ ਦੇ ਨਾਲ ਰਹੇ ਹੋ ਗੁਰੂ ਨਾਨਕ ਸਾਹਿਬ ਜੀ ਨਾਲ ਗੁਰੂ ਅੰਗਦ ਸਾਹਿਬ ਜੀ ਨਾਲ ਗੁਰੂ ਅਮਰਦਾਸ ਜੀ ਦੇ ਨਾਲ ਰਹੇ ਹੋ ਹੁਣ ਵੀ ਤਾਂ ਸਤਿਗੁਰ ਜੀ ਦੇ ਨਾਲ ਵੀ ਰਹੇ ਹੋ ਤੁਸੀਂ ਸਾਰਾ ਵਰਤਾਂਤ ਦੇਖਦੇ ਰਹੇ ਆਪਣੀਆਂ ਅੱਖਾਂ ਦੇ ਨਾਲ ਮੈਂ ਜੇ ਸਟੇਰ ਲਾਇਕ ਆਛੇ ਉਚਿਤ ਹੁਤੀ ਗੁਰਤਾ ਪਿਤ ਪਾਛੇ ਮੈਂ ਵੱਡਾ ਪੁੱਤਰ ਆ ਗੁਰੂ ਰਾਮਦਾਸ ਜੀ ਦਾ ਤੇ ਗੁਰਤਾ ਦਾ ਹੱਕ ਮੇਰਾ ਸੀ ਹੁਣ ਪ੍ਰਿਥੀ ਚੰਦ ਜੀ ਇੱਕ ਬੰਨੇ ਕਹਿ ਰਹੇ ਤੁਸੀਂ ਗੁਰੂ ਸਾਹਿਬਾਂ ਦੇ ਨਾਲ ਰਹੇ ਹੋ ਸਭ ਕੋ ਦੇਖਦੇ ਰਹੇ ਹੋ ਪਰ ਇਹ ਤੇ ਗੱਲ ਕਿਤੇ ਨਹੀਂ ਹੋਈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਵਿਡਿਆਈ ਦਿੱਤੀ ਹੋਏ ਜਾਂ ਗੁਰੂ ਅੰਗਦ ਦੇਵ ਜੀ ਨੇ ਜਾਂ ਗੁਰੂ ਅਮਰਦਾਸ ਜੀ ਨੇ ਵੀ ਤੇ ਕਟਣਾ ਕਿਤੇ ਨਹੀਂ ਵਾਪਰੀ ਪਰ ਹੁਣ ਪਿਰਥੀਚੰਦ ਆਪਣਾ ਗੁੱਸਾ ਕੱਢ ਰਿਹਾ ਨਾ ਜੋ ਮੂੰਹੋਂ ਹੁੰਦਾ ਬੋਲੀ ਜਾ ਰਿਹਾ ਕਿ ਤੁਸੀਂ ਤੁਰ ਤੋਂ ਗੁਰੂ ਸਾਹਿਬ ਜੀ ਦੇ ਨਾਲ ਰਹੇ ਹੋ ਤੁਹਾਨੂੰ ਪਤਾ ਨਹੀਂ ਸੀ ਮੈਂ ਵੱਡਾ ਪੁੱਤਰ ਨਾ ਗੁਰੂ ਸਾਹਿਬ ਜੀ ਦਾ ਇਹ ਹੱਕ ਮੇਰਾ ਬਣਦਾ ਸੀ ਸੋਤਮਨੇ ਕਸ਼ ਨਹੀਂ ਵਿਚਾਰਿਓ ਭਇਓ ਬ੍ਰਿਧ ਕੇ ਬੁੱਧ ਬਲ ਹਾਰਿਓ ਤੁਸੀਂ ਵੱਡੇ ਸੀ ਬਜ਼ੁਰਗ ਸੀ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਅਧਿਕਾਰ ਮੇਰਾ ਹੈ ਤੁਸੀਂ ਬਿਲਕੁਲ ਨਹੀਂ ਸੋਚਿਆ ਮੈਨੂੰ ਤਾਂ ਐਵੇਂ ਲੱਗਦਾ ਕਿ ਤੁਸੀਂ ਬਜ਼ੁਰਗ ਹੋ ਗਏ ਬੁੱਢੇ ਹੋ ਗਏ ਹੁਣ ਤੁਹਾਡੀ ਮੱਤ ਜਿਹੜੀ ਹੈ ਨਾ ਕਮਜ਼ੋਰ ਹੋ ਗਈ ਬਲ ਹਾਰਿਓ ਮਤ ਦਾ ਬਲ ਜਿਹੜਾ ਹੈ ਬੁੱਧੀ ਦਾ ਬਲ ਜਿਹਨੂੰ ਆਪਾਂ ਕਹਿੰਨੇ ਕਿ ਅਕਲ ਮਾਰੀ ਗਈ ਤੁਹਾਡੀ ਤੁਸੀਂ ਸੋਚਦੇ ਕੁਝ ਨਹੀਂ ਹੁਣ ਪਿਤ ਤੋ ਗੁਰੂ ਨਾਮ ਇੱਕ ਬਨੇ ਮੈਂ ਬਿਵਹਾਰ ਚਲਾਵਤ ਕਨੇ ਵੇਖੋ ਕਿੱਡਾ ਵੱਡਾ ਅਹੰਕਾਰ ਹੈ ਪਿਥੀ ਚੰਦ ਦੀ ਮੰਚ ਕਿੰਨਤ ਤੁਹਾਨੂੰ ਪਤਾ ਨਹੀਂ ਆ ਪਿਤਾ ਜੀ ਤੇ ਕੇਵਲ ਨਾਮ ਦੇ ਗੁਰੂ ਸਨ ਕੰਮ ਤੇ ਮੈਂ ਹੀ ਸਾਰਾ ਚਲਾਉਂਦਾ ਸਾਂ ਜੋ ਪ੍ਰਬੰਧ ਹੈ ਜੋ ਲੈਣ ਦੇਣ ਹੈ ਉਹ ਤੇ ਮੈਂ ਸਾਰਾ ਕਰਦਾ ਸਾਂ ਪ੍ਰਥੀ ਚੰਦ ਸਿਰਫ ਪੈਸੇ ਦੇ ਲੈਣ ਦੇਣ ਨੂੰ ਕੰਮ ਕਰਨ ਨੂੰ ਹੀ ਗੁਰਤਾ ਗੱਦੀ ਸਮਝ ਰਿਹਾ ਏ ਉਸ ਉਹਦਾ ਕਿ ਗੁਰੂ ਦੀ ਡਿਊਟੀ ਸਿਰਫ ਪੈਸੇ ਸੰਭਾਲਣਾਈ ਹੈ ਹੋਰ ਤੇ ਕੰਮ ਕੋਈ ਨਹੀਂ ਹੈ ਉਹ ਕਹਿੰਦਾ ਤੇ ਮੈਂ ਕਰੀ ਜਾਂਦਾ ਸਾਂ ਗੁਰੂ ਸਾਹਿਬ ਜੀ ਤੇ ਦੇਖਦੀ ਕੁਝ ਨਹੀਂ ਸਨ ਇਹਦਾ ਮੈਨੂੰ ਪਤਾ ਕਿੱਥੋਂ ਕੀ ਲੈਣਾ ਕੀ ਦੇਣਾ ਕਿੱਥੋਂ ਸੰਗਤਾਂ ਦੀ ਕਿੱਥੇ ਜਾਂਦੀ ਹੈ ਪਿਤਾ ਜੀ ਤਾਂ ਨਾਮ ਦੇ ਗੁਰੂ ਸਨ ਕੰਮ ਤੇ ਸਾਰਾ ਮੈਂ ਕਰਦਾ ਸਾਂ ਸਭ ਬਦ ਕੀ ਬੁੱਧ ਤੂੰ ਬੰਮ ਜਾਣਤ ਸਭ ਸੰਗਤ ਗੁਰ ਮੈਂ ਅਨੁਮਾਨਤ ਉਹ ਬਾਬਾ ਬੁੱਢਾ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ ਹੈ ਇਸ ਗੱਲ ਦਾ ਕਿ ਮੈਂ ਕਿੰਨਾ ਸਿਆਣਾ ਕਿੰਨਾ ਅਕਲ ਵਾਲਾ ਕਿੰਨਾ ਵੱਡਾ ਮੈਂ ਪ੍ਰਬੰਧਕ ਹਾਂ ਲੇਕਿਨ ਸਭ ਕੁਝ ਜਾਣਦੇ ਹੁਆ ਵੀ ਸਬਸੰਗਤ ਗੁਰ ਮੈਂ ਅਨਮਾਨਤ ਸਾਰੀ ਸੰਗਤ ਜਿਹੜੀ ਹੈ ਨਾ ਉਹ ਮੇਰੇ ਪ੍ਰਤੀ ਸ਼ਰਧਾ ਗੁਰੂ ਵਾਲੀ ਰੱਖਦੀ ਹੈ ਉਹ ਮੈਨੂੰ ਗੁਰੂ ਹੀ ਸਮਝਦੀ ਹੈ ਤੁਹਾਨੂੰ ਨਹੀਂ ਪਤਾ ਮੈਂ ਕਿੱਡਾ ਵੱਡਾ ਇੱਥੇ ਕਾਰੋਬਾਰ ਕਰਦਾ ਹਾਂ ਅਜੇ ਅਚਾਨਕ ਇਹ ਗਿਆ ਕੀਨ ਤੈ ਉੱਠ ਤੁਰਤ ਤਿਲਕ ਕਰ ਦੀਨਾ ਪਰ ਤੁਸੀਂ ਅਚਨਚੇਤੇ ਕੀ ਕਰ ਦਿੱਤਾ ਇੱਕਦਮ ਉੱਠੇ ਤੇ ਉਹ ਗੁਰਿਆਈ ਦਾ ਤਿਲਕ ਅਰਜਨ ਸਾਹਿਬ ਜੀ ਨੂੰ ਲਗਾ ਦਿੱਤਾ ਜਾ ਕੇ ਇਹ ਤੁਸੀਂ ਕੀ ਕਰ ਦਿੱਤਾ ਹੈ ਮੈਨੇ ਜਬਲ ਤੇ ਦੇ ਉਲਟਾਏ ਤੋ ਤੁਮਰੀ ਕਿਆ ਪਤ ਰਹਿ ਜਾਏ ਹੁਣ ਤੁਸੀਂ ਤੇ ਤਿਲਕ ਦਿੱਤਾ ਲਗਾ ਹੁਣ ਮੈਂ ਆਪਣੀ ਤਾਕਤ ਦੇ ਨਾਲ ਦੇਖੋ ਕਿਵੇਂ ਬਦਲਦਾ ਸਭ ਕੁਝ ਫਿਰ ਤੁਹਾਡੀ ਇੱਜ਼ਤ ਕੀ ਰਹਿ ਜਾਏਗੀ ਤੁਹਾਡਾ ਮਾਨ ਸਨਨ ਕੀ ਰਹਿ ਜਾਏਗਾ ਤੁਸੀਂ ਮੇਰੀ ਤਾਕਤ ਦੇਖ ਲਿਓ ਹੁਣ ਆਗੇ ਜਿਗਰ ਨ ਕਭੂ ਭਇਓ ਤੁਰਤ ਅਨੁਚਿਤ ਕਾਂ ਕਰਦਿਓ ਪ੍ਰਿਥੀਚੰਨ ਨੂੰ ਪਤਾ ਹੀ ਨਹੀਂ ਸੀ ਕਿ ਕਟਣਾ ਹੋ ਜਾਣੀ ਹੈ ਲੇਕਿਨ ਗੁਰੂ ਰਾਮਦਾਸ ਜੀ ਤੇ ਪਹਿਲੇ ਦਿਨ ਤੋਂ ਹੀ ਪਰਖ ਰਹੇ ਸਨ ਦੇਖ ਰਹੇ ਸਨ ਔਰ ਪ੍ਰਿਥੀਚੰਨ ਸੋਚਦਾ ਸੀ ਮੈਂ ਮਾਲਕ ਮੈਨੂੰ ਤੇ ਹੁਕਮ ਮੰਨਣ ਦੀ ਲੋੜ ਹੀ ਨਹੀਂ ਹੈ ਇਸ ਕਰਕੇ ਕਹਿਣ ਲੱਗਾ ਕਿ ਅੱਗੇ ਇਸ ਗੱਲ ਦੀ ਚਰਚਾ ਹੀ ਨਹੀਂ ਹੋਈ ਗੁਰਤਾ ਗੱਦੀ ਬਾਰੇ ਕੋਈ ਸਵਾਲ ਹੀ ਨਹੀਂ ਚੱਲਿਆ ਤੁਸੀਂ ਇੱਕਦਮ ਉਠੇ ਇਹ ਸਾਰਾ ਕਾਰਾ ਕਰ ਦਿੱਤਾ ਅੱਜ ਜੇ ਬੇਦਰਸ ਕਰਕੇ ਮੈਂ ਮਠਾਨੀ ਰੀਤ ਅਨੁਚਿਤ ਕਰਨ ਕੋ ਮਾਨੀ ਦੇਖੋ ਠੀਕ ਹੈ ਪਿਤਾ ਗੁਰੂ ਜੀ ਮੇਰੇ ਨਾਲ ਨਾਰਾਜ਼ ਹੋ ਗਏ ਉਹਨਾਂ ਨੇ ਨਾਰਾਜ਼ਗੀ ਵਿੱਚ ਜੇ ਕਹਿ ਦਿੱਤਾ ਜੇ ਤੁਸੀਂ ਛੱਟ ਉੱਠਵੇਂ ਤੁਸੀਂ ਥੋੜਾ ਬਹੁਤਾ ਤੇ ਉਹਨਾਂ ਨੂੰ ਰੋਕ ਦੇ ਸਮਝਾਉਂਦੇ ਕੋਈ ਗੱਲ ਮੇਰੇ ਨਾਲ ਦੇਖ ਦੇ ਮੇਰੀ ਵਡਿਆਈ ਦੇਖ ਦੇ ਤੁਸੀਂ ਅਨੁਚਿਤ ਕੰਮ ਜਿਹੜਾ ਕਰ ਦਿੱਤਾ ਉੱਠ ਕੇ ਤਉਤਮੋ ਹੋ ਲਾਇਕ ਹੁਤੀ ਸਮਝਾਵਨ ਕੈ ਕੈ ਸੁਭਮਤੀ ਜੇ ਪਿਤਾ ਗੁਰੂ ਜੀ ਮੇਰੇ ਨਾਲ ਕਿਸੇ ਗੱਲੋਂ ਨਾਰਾਜ਼ ਸਨ ਤੇ ਤੁਹਾਡਾ ਫਰਜ਼ ਹੀ ਉਹਨਾਂ ਨੂੰ ਤੁਸੀਂ ਸਮਝਾਉਂਦੇ ਤੁਸੀਂ ਵੱਡੇ ਹੋ ਸਿਆਣੇ ਹੋ ਪਰ ਤੁਸੀਂ ਉਹਨਾਂ ਦੀ ਗੱਲ ਮੰਨ ਕੇ ਝਾਟੀ ਇਹ ਕੰਮ ਕਰ ਦਿੱਤਾ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਜੋ ਤਿਲਕ ਵਡਿਆਈ ਦੇ ਦਿੱਤੀ ਵੱਡ ਸਤ ਕੋ ਹੈ ਇਹ ਅਧਿਕਾਰ ਪੁਨ ਸਭ ਬਿਦਲਾ ਇੱਕ ਨਿਰਧਾਰਾ ਤੁਹਾਡਾ ਫਰਜ਼ ਸੀ ਕਿ ਤੁਸੀਂ ਗੁਰੂ ਸਾਹਿਬ ਨੂੰ ਕਹਿੰਦੇ ਬਾਦਸ਼ਾਹ ਇਹ ਵੱਡੇ ਪੁੱਤਰ ਦਾ ਅਧਿਕਾਰ ਹੈ ਉਹੀ ਗੁਰੂ ਜਿਹੜਾ ਬਣ ਸਕਦਾ ਹੈਿਤਕੇ ਹੋਵਤ ਸਭ ਵਿਵਹਾਰਾ ਕਰੇ ਸੰਭਾਰਨ ਸੁਮਤ ਉਧਾਰਾ ਤੁਸੀਂ ਦੱਸਣਾ ਸੀ ਨਾ ਕਿ ਗੁਰੂ ਸਾਹਿਬ ਦੇ ਹੁੰਦਿਆਂ ਮੈਂ ਹੀ ਸਾਰਾ ਕਾਰੋਬਾਰ ਕਰ ਰਿਹਾ ਸਾਰਾ ਵਿਹਾਰ ਮੈਂ ਕਰ ਰਿਹਾ ਹਾਂ ਔਰ ਜਿੰਨੀ ਲੈਂਡ ਦੇਣ ਹੈ ਸੰਗਤਾਂ ਦੇ ਨਾਲ ਆਉਣ ਜਾਣ ਦਾ ਕੰਮ ਮੈਂ ਕਰਦਾ ਹਾਂ ਇਤਜਾਦਕ ਕਹਿ ਕਰ ਸਮਝਾਵਤ ਗੁਰਤਾ ਲਗ ਸੁਦ ਤੇ ਵਰ ਜਾਵਤ ਤੁਸੀਂ ਇਹੋ ਜੀਆਂ ਗੱਲਾਂ ਕਹਿ ਕੇ ਗੁਰੂ ਸਾਹਿਬ ਜੀ ਨੂੰ ਸਮਝਾਉਂਦੇ ਆ ਜਿਹੜੀ ਅਰਜਨ ਸਾਹਿਬ ਜੀ ਨੂੰ ਛੋਟੇ ਪੁੱਤਰ ਨੂੰ ਗੱਦੀ ਦੀ ਗੱਲ ਉਹਨਾਂ ਕੀਤੀ ਉਹ ਤੋਂ ਰੋਕਦੇ ਇਹ ਤੁਹਾਡਾ ਹੱਕ ਸੀ ਰੋਕਣ ਦਾ ਤੁਮ ਕੋ ਉਚਿਤ ਹੁਤੀ ਇਹ ਰੀਤ ਤੋ ਸਿਆਨੋ ਸਮਝਤ ਸਭ ਚੀਤ ਤੁਹਾਨੂੰ ਇਹ ਕੰਮ ਕਰਨਾ ਯੋਗ ਸੀ ਕਿ ਤੁਸੀਂ ਗੁਰੂ ਅਰਜ ਗੁਰੂ ਰਾਮਦਾਸ ਜੀ ਨੂੰ ਵੀ ਸਮਝਾਉਂਦੇ ਰੋਕਦੇ ਔਰ ਤਾਂ ਤੁਸੀਂ ਸਿਆਣੇ ਸਮਝੇ ਜਾਣੇ ਸੀ ਪਰ ਤੁਸੀਂ ਹੁਣ ਜੋ ਕੀਤਾ ਸਿਆਣੇ ਵਾਲਾ ਕੰਮ ਨਹੀਂ ਕੀਤਾ ਤੁਸੀਂ ਗੁਰੂ ਸਾਹਿਬ ਦਾ ਬਚਨ ਮੰਨ ਲਿਆ ਇਹ ਸਿਆਣਿਆਂ ਵਾਲਾ ਕੰਮ ਨਹੀਂ ਕੀਤਾ ਸੋ ਤੋ ਬਾਤ ਨ ਕੀ ਨਸ ਨੀਕਾ ਤੈ ਉਠ ਦੀਨ ਤੁਰਤ ਹੀ ਠੀਕ ਇਹ ਕੰਮ ਤੁਸੀਂ ਠੀਕ ਨਹੀਂ ਕੀਤਾ ਬਾਬਾ ਬੁੱਢਾ ਜੀ ਨੂੰ ਕਹਿ ਰਹੇ ਨੇ ਪਿਰਥੀ ਚੰਦ ਕਿ ਤੁਸੀਂ ਜਿਹੜਾ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਅਰਜਨ ਸਾਹਿਬ ਜੀ ਨੂੰ ਗੁਰਤਾ ਦਾ ਟਿੱਕਾ ਦੇ ਦਿੱਤਾ ਇਹ ਕੰਮ ਤੁਸੀਂ ਠੀਕ ਨਹੀਂ ਕੀਤਾ ਸਿਆਣਪ ਨਹੀਂ ਵਰਤੀ। ਤਉਕ੍ਰਿਤ ਕੋ ਗਿਆ ਨਿੰਦੇ ਨਾਹੀ ਜੇ ਸਿੱਖ ਸਿਆਨੇ ਸੰਗਤ ਮਾਹੀ। ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਪ੍ਰਿਥੀ ਚੰਦ ਕਿ ਤੁਸੀਂ ਕੀ ਜਾਣਦੇ ਹੋ ਕਿ ਸੰਗਤ ਸਮਝਦੀ ਨਹੀਂ ਸਾਰੀ ਗੱਲ। ਬੜੇ ਬੜੇ ਸਿਆਣੇ ਸਿੱਖ ਨੇ ਉਹ ਤੁਹਾਡੇ ਇਸ ਕੰਮ ਨੂੰ ਨਿੰਦਣਗੇ ਨਹੀਂ ਜਦੋਂ ਦੇਖਣਗੇ ਕਿ ਵੱਡਾ ਪੁੱਤਰ ਖਾਲੀ ਰਹਿ ਗਿਆ ਛੋਟੇ ਨੂੰ ਇਹ ਦਾਤੀ ਸਿੱਖ ਕੀ ਕਹਿਣਗੇ? ਲੋਕੀ ਕੀ ਕਹਿਣਗੇ ਹੁਣ ਪ੍ਰਿਥੀ ਚਾਨਣੂ ਤੇ ਇਹੀ ਮਾਨ ਹੈ ਕਿ ਮੇਰੇ ਮਗਰ ਬਹੁਤ ਲੋਕ ਨੇ ਪ੍ਰਿਥੀ ਚਾਨਣ ਦੇ ਵਾਕਿਆ ਹੀ ਜਿਹੜੇ ਕਈ ਮਸੰਦ ਸਨ ਉਹਨਾਂ ਨੂੰ ਲਾਲਚ ਦੇ ਕੇ ਆਪਣੇ ਕਾਬੂ ਕੀਤਾ ਹੋਇਆ ਸੀ ਮਸੰਦਾਂ ਦੇ ਰਹਿ ਬਹੁਤ ਸਾਰੇ ਲੋਕ ਵੀ ਜੁੜੇ ਹੋਏ ਸਨ ਦੁਨੀਆ ਤਾਂ ਗੁਰੂ ਘਰ ਪੁੱਤਰ ਜਾਣ ਕੇ ਉਹਨਾਂ ਨੂੰ ਸਤਿਕਾਰ ਦਿੰਦੀ ਸੀ ਲੇਕਨ ਜੋ ਗੁਰੂ ਵਾਲਾ ਦਰਜਾ ਹੈ ਗੁਰੂ ਵਾਲੀ ਜੋ ਪਿਆਰ ਸ਼ਰਧਾ ਹੈ ਉਹ ਤੇ ਗੁਰੂ ਦੇ ਪ੍ਰਤੀ ਰਹਿਣੀ ਹੈ ਸਿੱਖ ਸੰਗਤਾਂ ਦੀ ਇਸ ਕਰਕੇ ਪ੍ਰਿਥੀ ਚਾਂਜੀ ਇਵੇਂ ਕਹਿ ਰਿਹਾ ਹੈ ਦੇਖ ਲਈ ਤੁਮਰੀ ਕਰਤੂਤ ਕੈਤਸਮਤ ਜਤਕੀਨ ਕਸੂਤ ਮੈਂ ਤੁਹਾਡੀ ਅੱਜ ਕਰਨੀ ਦੇਖ ਲਈ ਹੈ ਕਿ ਤੁਸੀਂ ਬਹੁਤ ਤੁਹਾਨੂੰ ਸਿਆਣੇ ਕਹਿੰਦੇ ਸੀ ਲੋਕੀ ਪਰ ਕੰਮ ਤੁਸੀਂ ਅੱਜ ਕਸੂਤਾ ਕਰ ਦਿੱਤਾ ਹੈ। ਅਬ ਮੈਂ ਕਰੇ ਹੋ ਨਿਤ ਉਤਸਾਹੂ ਸ਼ੀਨ ਲਿਓ ਗਾਦੀ ਤੇ ਸਬਾਹੂ ਤੇ ਹੁਣ ਮੈਂ ਨਿਤ ਇਹੀ ਯਤਨ ਕਰਾਂਗਾ ਕਿ ਇਹ ਗੁਰਤਾ ਗੱਦੀ ਖੋ ਕੇ ਰ੍ਹਾਂਗਾ। ਇਹ ਦਾ ਅਸਲ ਗੁਰਤਾ ਗੱਦੀ ਨੂੰ ਇਹ ਸਮਝਦਾ ਜਿਵੇਂ ਰਾਜਨੀਤਿਕ ਘਰਾਣਿਆਂ ਦੀਆਂ ਨਹੀਂ ਹੁੰਦੀਆਂ ਗੱਦੀਆਂ ਕਿ ਲੜਾਈ ਕਰਕੇ ਲੈ ਲਓ ਬੈਠ ਜਾਓ ਆਪਣਾ ਹੁਕਮ ਚਲਾ ਲਓ। ਪਿਰਥੀਚੰਦ ਉਸੇ ਦਿਨ ਤੋਂ ਗੁਰੂ ਅਰਜਨ ਸਾਹਿਬ ਜੀ ਦਾ ਵਿਰੋਧੀ ਹੋ ਗਿਆ। ਇਹਨੇ ਜ਼ਿੰਦਗੀ ਚ ਬਹੁਤ ਹੀ ਘਨੌਣੀਆਂ ਹਰਕਤਾਂ ਕੀਤੀਆਂ ਅਤੇ ਵਾਰਤਾਵਾਂਗੇ ਜਾ ਕੇ ਆਉਣਗੀਆਂ। ਜਿਵੇਂ ਗੁਰੂ ਰਾਮਦਾਸ ਜੀ ਮਹਾਰਾਜ ਗੁਰਤਾ ਗੱਦੀ ਦੀ ਦਾਤ ਦੇਣ ਤੋਂ ਬਾਅਦ ਪ੍ਰithvi ਚੰਦ ਨੂੰ ਵੀ ਸਮਝਾਉਣਗੇ ਪਰ ਪ੍ਰithvi ਚੰਦ ਸਮਝੇਗਾ ਨਹੀਂ ਸਤਗੁਰੂ ਜੀ ਇੱਥੋਂ ਗੋਇੰਦਵਾਲ ਸੇਵ ਚਲੇ ਜਾਣਗੇ ਇਹ ਵਾਰਤਾ ਆਪਾਂ ਅੱਗੇ ਸ਼੍ਰਵਨ ਕਰਾਂਗੇ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਬੁਲਚੁੱਕ ਦੀ ਖਿਮਾ ਬਖਸ਼ਣੀ ਪਿਆਰ ਸਹਿਤ ਸਾਰੇ ਹੀ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ